ਸਰਬ ਭੂਤ ਆਪ ਵਰਤਾਰਾ ਇੱਥੇ ਭੂਤ ਦਾ ਮਤਲਬ ਹੈ ਜੀਵ ਹਸਤਿੰਗ ਵਰਤਾਰਾ ਦਾ ਮਤਲਬ ਵਰਤ ਰਿਹਾ ਹੈ ਸਾਰੇ ਜੀਵਾਂ ਵਿੱਚ ਪ੍ਰਭੂ ਆਪ ਵਰਤ ਰਿਹਾ ਹੈ ਸਾਰੇ ਜੀਵਾਂ ਵਿੱਚ ਗਿਆਨੀ ਜੀ ਪ੍ਰਭੂ ਆਪ ਵਰਤ ਰਿਹਾ ਹੈ ਉਸ ਪ੍ਰਭੂ ਦੀ ਹੀ ਸੱਤਿਆ ਹੈ ਗਿਆਨੀ ਜੀ ਉਹ ਸਾਰਿਆਂ ਦੇ ਅੰਦਰ ਆਪ ਇਸ ਤੋਂ ਪਹਿਲਾਂ ਸਾਰਿਆਂ ਦੇ ਅੰਦਰ ਆਪ ਇੱਕ ਲਾਈਨ ਹੋਰ ਹੈਗੀ ਆ ਨਾਨਕ ਤਿਸ ਜਨ ਆਖ ਬੁਝਾਏ ਨਹੀਂ ਇੱਥੋਂ ਸ਼ੁਰੂ ਹੋ ਜਿਸ ਤਰ੍ਹਾਂ ਪੂਤਾ ਵਰਤਾਰਾ ਉਹ ਆਪਾਂ ਬਾਅਦ ਵਿੱਚ ਕਰ ਲੈਣਗੇ ਕਿ ਤੂੰ ਰਹਿਵੀ ਹੋਈ ਤਾਂ ਅੱਛਾ ਜੀ ਚਲੋ ਫਿਰ ਕਥਾ ਇੱਕ ਤੁਸੀਂ ਸਰਬ ਆਪ ਵਰਤਾਰਾ ਕਿ ਸਾਰੇ ਜੀਵਾਂ ਦੇ ਅੰਦਰ ਪ੍ਰਭੂ ਆਪ ਵਰਤ ਰਿਹਾ ਹੈ ਹੁਣ ਦੇਖੋ ਕਿੰਨਾ ਸੌਖਾ ਕੰਮ ਸਾਡੇ ਵਾਸਤੇ ਕਰਤਾ ਕਿ ਸਾਡੇ ਸਾਰਿਆਂ ਦੇ ਅੰਦਰ ਰੱਬ ਵਰਤ ਰਿਹਾ ਹੈ ਤਾਂ ਦੇਖੋ ਸਾਫ਼ ਸੁੱਤਰੀ ਗੱਲ ਹੈ ਕਿ ਸਾਡੇ ਅੰਦਰ ਰੱਬੀ ਗੁਣ ਮੌਜੂਦ ਨੇ ਸਾਰਿਆਂ ਦੇ ਅੰਦਰ ਮੇਰੇ ਵਿੱਚ ਵੀ ਤੁਹਾਡੇ ਵਿੱਚ ਵੀ ਪੂਰੀ ਮਨੁੱਖਤਾ ਦੇ ਅੰਦਰ ਸਤ ਸੰਤੋਖ ਦਇਆ ਧਰਮ ਇਹ ਸਾਰੇ ਗੁਣ ਸਾਡੇ ਵਿੱਚ ਮੌਜੂਦ ਨੇ ਔਰ ਰੱਬੀ ਗੁਣਾ ਦਾ ਹੋਣਾ ਹੀ ਰੱਬ ਦਾ ਹੋਣਾ ਹੈ ਤੇ ਜਿਹੜਾ ਇਹਨਾਂ ਗੁਣਾ ਨੂੰ ਯੂਜ਼ ਕਰੇਗਾ ਇਹਨਾਂ ਗੁਣਾ ਨੂੰ ਵਰਤੇਗਾ ਉਹ ਇਨਸਾਨ ਰੱਬ ਵਰਗਾ ਹੋ ਜਾਏਗਾ ਸਰਪੂਤ ਆਪ ਵਰਤਾਰਾ ਸਭ ਜੀਵਾਂ ਵਿੱਚ ਆਪ ਵਰਤ ਰਿਹਾ ਹੈ ਉਹ ਵੱਖਰਾ ਨਹੀਂ ਹੈ ਸਰਬਨੈਨ ਆਪ ਪੇਖਨਹਾਰਾ ਸਭ ਅੱਖਾਂ ਰੱਬ ਦੀਆਂ ਹੀ ਨੇ ਔਰ ਸਾਰੀਆਂ ਅੱਖਾਂ ਦੇ ਵਿੱਚੋਂ ਰੱਬ ਆਪ ਹੀ ਵੇਖ ਰਿਹਾ ਹੈ ਸਰਬਨੈਨ ਆਪ ਪੇਖਨਹਾਰਾ ਆਪ ਵੇਖਣ ਵਾਲਾ ਹੈ ਕਿਉਂਕਿ ਜੇ ਸਾਡੇ ਅੰਦਰ ਸੱਤਿਆ ਰੱਬ ਦੀ ਨਾ ਹੋਵੇ ਤਾਂ ਅਸੀਂ ਵੇਖ ਨਹੀਂ ਪਾਵਾਂਗੇ ਜੇ ਮੇਰੇ ਅੰਦਰ ਸਤਿਆ ਹੈ ਤਾਂ ਮੈਂ ਵੇਖ ਰਿਹਾ ਇੱਕੋ ਹੀ ਸਿਸਟਮ ਹੈ ਜਿਸ ਰਾਹੀਂ ਅਸੀਂ ਸਾਰੇ ਜੀ ਰਹੇ ਹਾਂ ਅਸੀਂ ਸਾਰੇ ਵੇਖ ਰਹੇ ਹਾਂ ਹੁਣ ਜੇ ਇਸ ਚੀਜ਼ ਤੇ ਅਮਲ ਕੀਤਾ ਜਾਏ ਗੱਲ ਅਮਲ ਕਰਨ ਤੇ ਮੁੱਕਣੀ ਹੈ ਹੁਣ ਸਾਡੇ ਅੰਦਰ ਜੇ ਸਚਾਈ ਹੋਵੇ ਦਇਆ ਹੋਵੇ ਪਿਆਰ ਹੋਵੇ ਆਮ ਮਨੁੱਖ ਦੇ ਅੰਦਰ ਤੂੰ ਇਹਨਾਂ ਅੱਖਾਂ ਦੇ ਨਾਲ ਦਇਆ ਪਿਆਰ ਸਚਾਈ ਦੇ ਨਾਲ ਵੇਖੇ ਦੂਜਿਆਂ ਵੱਲ ਮੈਂ ਤੁਹਾਡੇ ਵੱਲ ਤੁਸੀਂ ਮੇਰੇ ਵੱਲ ਇਹ हर इंसान वास्ते है हर इंसान वास्ते हिंदू मुसलमान सिख ईसाई जैनी बोधी पारसी पुरुष सारे वास्ते है कि जे अ समझ लगीये कि अंदर सर्वभूत आप वर्तारा कि वो आप वरत रहा है मैं उस दंश हाँ दा मैं एक बुलबुला हाँ एक लहर हां ही मैं एक अंग हाँ मेरे अंदर आप वरत रहा है वह गुण मेरे मौजूद ने और ये कोई अतकथनी नहीं है ਗੁਣ ਕੁਆਲਟੀਜ਼ ਹਰ ਇੱਕ ਦੇ ਅੰਦਰ ਮੌਜੂਦ ਨੇ ਇਹ ਬਿਲਕੁਲ ਇੱਕ ਸਚਾਈ ਹੈ ਹਾਂ ਦੂਜੀ ਸਚਾਈ ਇਹ ਵੀ ਹੈ ਕਿ ਹਰ ਬੰਦਾ ਇਹਨਾਂ ਗੁਣਾਂ ਦੀ ਵਰਤੋਂ ਕਰ ਨਹੀਂ ਰਿਹਾ ਹੁਣ ਜੇ ਇਹਨਾਂ ਗੁਣਾਂ ਦੀ ਵਰਤੋਂ ਅਸੀਂ ਕਰੀਏ ਸਤ ਸੰਤੋਖ ਦੀ ਤੇ ਅਸੀਂ ਰੱਬ ਵਰਗੇ ਹੋ ਜਾਵਾਂਗੇ ਸਾਨੂੰ ਸੁਖ ਸ਼ਾਂਤੀ ਮਿਲ ਜਾਏਗੀ ਤੇ ਜਿਹੜਾ ਇਸ ਸੀਜ਼ ਨੂੰ ਅਨੁਭਵ ਕਰੇਗਾ ਕਿ ਮੇਰੇ ਅੰਦਰ ਰੱਬ ਵਰਤ ਰਿਹਾ ਹੈ ਔਰ ਉਹਨਾਂ ਗੁਣਾ ਨੂੰ ਪ੍ਰਗਟ ਕਰੇਗਾ ਉਹਨਾਂ ਗੁਣਾ ਰਾਹੀਂ ਇਸ ਸੰਸਾਰ ਵਿੱਚ ਵਿਚਰੇਗਾ ਤਾਂ ਫਿਰ ਉਹਦਾ ਸਾਰਾ ਜੀਵਨ ਬਦਲ ਜਾਏਗਾ ਸਰਬਨੈਨ ਆਪ ਅਪੇਖਨਹਾਰਾ ਹਰ ਅੱਖ ਦੇ ਵਿੱਚ ਉਹ ਹੀ ਵੇਖ ਰਿਹਾ ਵੱਖਰਾ ਨਹੀਂ ਹੈ ਅਸੀਂ ਰੋਜ਼ ਸੋਹਲਾ ਸਾਹਿਬ ਜੀ ਦੀ ਪਾੜੀ ਪਾਵਨ ਬਾਣੀ ਪੜ੍ਹਦੇ ਹਾਂ ਨਾ ਸਹਸਤਵ ਨੈਨ ਨਨ ਨੈਨ ਹੈ ਤੋਹੇ ਕੋ ਕਿ ਹੇ ਰੱਬਾ ਤੇਰੀ ਕੋਈ ਸਪੈਸ਼ਲ ਅੱਖ ਨਹੀਂ ਹੈ ਲੇਕਿਨ ਆ ਜਿਹੜੀਆਂ ਅੱਖਾਂ ਦੇ ਇਸ ਤੀਆਂ ਨੇ ਸਾਰੀਆਂ ਤੇਰੀਆਂ ਹੀ ਅੱਖਾਂ ਨੇ ਕਿਉਂਕਿ ਸਾਰਿਆਂ ਦੇ ਵਿੱਚ ਤੇ ਹੈ ਹੁਣ ਦੇਖੋ ਜੇ ਇਹਨਾਂ ਅੱਖਾਂ ਦੇ ਨਾਲ ਮੈਂ ਵੇਖਣਾ ਕਿਵੇਂ ਹੈ ਇਹ ਮੈਂ ਡਿਸਾਈਡ ਕਰਨਾ ਹੈ ਕਿ ਤੁਹਾਨੂੰ ਮੈਂ ਚੰਗਿਆਂ ਦੇ ਰੂਪ ਵਿੱਚ ਵੇਖਣਾ ਜਾਂ ਮਾੜੇ ਰੂਪ ਵਿੱਚ ਵੇਖਦਾ ਹਾਂ ਤਾਂ ਜੇ ਮੇਰੇ ਅੰਦਰ ਇਹ ਫੀਲਿੰਗਸ ਹੋਣ ਗਈਆਂ ਕਿ ਮੇਰੇ ਅੰਦਰ ਰੱਬ ਵਸ ਰਿਹਾ ਹੈ ਤਾਂ ਮੇਰਾ ਨਜ਼ਰੀਆ ਵੀ ਆਟੋਮੈਟਿਕਲੀ ਰੱਬ ਵਾਲਾ ਹੋਏਗਾ ਸਗਲ ਸਮਗਰੀ ਜਾ ਕਾ ਤਨ ਇਹ ਤੇ ਤਨ ਦਾ ਮਤਲਬ ਹੈਗਾ ਤਨ ਸਰੀਰ ਸਾਰੇ ਪਦਾਰਥ ਸਗਲ ਸਮਗਰੀ ਦਾ ਮਤਲਬ ਇਸ ਤਾ ਹੋਇਆ ਜਿਹੜਾ ਜਗਤ ਤੇ ਸਾਰੀ ਸਮਗਰੀ ਸਾਰਾ ਜਗਤ ਜਾ ਕਾ ਤਨ ਜਿਸ ਰੱਬ ਦਾ ਸਰੀਰ ਹੈ ਸਾਰੇ ਪਦਾਰਥ ਜਿਸ ਰੱਬ ਦਾ ਸਰੀਰ ਨੇ ਹੁਣ ਜੇ ਰੱਬ ਦੇ ਸਰੀਰ ਕਰਕੇ ਦਰਸ਼ਨ ਕਰਨੇ ਨੇ ਕਿ ਰੱਬ ਸਾਡੇ ਕਰੇ ਸਰੀਰ ਕਰਕੇ ਪ੍ਰਗਟ ਹੋਵੇ ਦਾ ਸਾਰੀ ਜਿਹੜੀ ਸਮਗਰੀ ਇਹ ਰੱਬ ਦਾ ਤਨ ਹੈ ਰੱਬ ਦਾ ਸ਼ਰੀਰ ਹੈ ਦੇਖੋ ਕਿੰਨੇ ਸੌਖੇ ਲਫ਼ਜ਼ਾਂ ਦੇ ਵਿੱਚ ਗੁਰੂ ਜੀ ਬਿਆਨ ਕਰ ਰਹੇ ਨੇ ਹਾਂ ਹੁਣ ਇਹ ਗੱਲ ਵੱਖਰੀ ਏ ਕਿ ਅਸੀਂ ਇਹਨੂੰ ਨਾਮ ਮੰਨੀਏ ਜਾਂ ਸਾਡੇ ਬਾਬੇ ਸਾਨੂੰ ਨਾਮ ਮੰਨਣ ਦੇਣ ਜਾਂ ਸਾਡੇ ਦਿਮਾਗ ਦੇ ਅੰਦਰ ਉਹ ਚੀਜ਼ਾਂ ਪਾ ਦਿੱਤੀਆਂ ਹੋਣ ਜੋ ਸਾਡੀਆਂ ਬਣ ਗਈਆਂ ਨੇ ਮਨੋਤਾ ਤੇ ਉਹ ਮਨੋਤਾ ਸਾਨੂੰ ਇਹ ਚੀਜ਼ ਨਾਮ ਮੰਨਣ ਦੇਣ ਇਹ ਸਾਡੀ ਪ੍ਰੋਬਲਮ ਹੈ ਗੁਰਬਾਣੀ ਗੁਰੂ ਸਹਿਬਾਨ ਸਾਨੂੰ ਇਹ ਦੱਸ ਰਹੇ ਨੇ ਕਿ ਆ ਸਾਰੀ ਸਮਗਰੀ ਜੀ ਦਾ ਤਨ ਹੈ ਤਨਾ ਦਾ ਮਤਲਬ ਸਰੀਰ ਸਗਲ ਸਮਗਰੀ ਜਾ ਕਾ ਤਨਾ ਜਗਤ ਦੇ ਸਾਰੇ ਪਦਾਰਤ ਜਿਸ ਪ੍ਰਭੂ ਦਾ ਸਰੀਰ ਨੇ ਭਾਈ ਇਹ ਭਾਈ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਨੇ ਮਨਮੋਹ ਸਿੰਘ ਜੀ ਇਹਦਾ ਅਰਥ ਕਰ ਰਹੇ ਸਾਰੀ ਰਚਨਾ ਉਸ ਦੀ ਦੇਹ ਹੈ ਤੇ ਸ਼੍ਰੋਮਣੀ ਕਮੇਟੀ ਦੇ ਜੋ ਵਿਪੂਥੀਆਂ ਨੇ ਉਹਦੇ ਵਿੱਚ ਅਰਥ ਨੇ ਸਾਰੀ ਰਚਨਾ ਉਹਦਾ ਸ਼ਰੀਰ ਸਮਝੋ ਮਤਲਬ ਤਿੰਨੇ ਹੀ ਜਿਹੜੇ ਵਿਦਵਾਨ ਨੇ ਉਹਨਾਂ ਦੇ ਇੱਕੋ ਹੀ ਅਰਥ ਨੇ ਮਤਲਬ ਅਰਥਾਂ ਦੇ ਵਿੱਚ ਕੋਈ મતਭੇਦ ਨਹੀਂ ਹੈ सगਲ ਸਮਗਰੀ ਜਾ ਕਾ ਤਨਾ ਅਸਾਰਾ ਦਿਸਤਾ ਹੋਇਆ ਜਗਤ ਹੀ ਜਿਸ ਦਾ ਸ਼ਰੀਰ ਹੈ ਹੁਣ ਅਸੀਂ ਅੰਗ ਦੇਖਦੇ ਆ ਜਿਵੇਂ ਆਪਾਂ ਕੱਲ ਬੇਨਤੀ ਕਰ ਚੁੱਕਾ ਸੀ ਕਿ ਆ ਸ਼ਰੀਰ ਮੇਰਾ ਤਨ ਹੈ ਸਾਰੇ ਨੂੰ ਮਿਲ ਕੇ ਵੇਖੋਗੇ ਤੇ ਮੋਰ ਸਿੰਘ ਹੈਗਾ ਜੇ ਇਕੱਲਾ ਇਕੱਲਾ ਦੇਖੋਗੇ ਇਹ ਅੰਮੂਠਾ ਹੈ ਉਂਗਲੀ ਹੈ ਚੀਚੀ ਹੈ ਹੱਥ ਹੈ ਬਾਹ ਹੈ ਕੰਨ ਨੇ ਨੱਕ ਨੇ ਅੰਗ ਨੇ ਸਮੁੱਚਤਾ ਨੂੰ ਜਦੋਂ ਵੇਖੋਗੇ ਪੂਰੇ ਬ੍ਰਹਿਮੰਡ ਨੂੰ ਤਾਂ ਇਹ ਰੱਬ ਦਾ ਸ਼ਰੀਰ ਹੈ ਤੇ ਜੇ ਇਕੱਲੇ ਇਕੱਲੇ ਨੂੰ ਵੇਖੋਗੇ ਤੇ ਫਿਰ ਉਹਦਾ ਅੰਗ ਨੇ ਕੋਈ ਧਰਤੀ ਹੈ ਚੰ드ਰਮਾ ਹੈ ਅੰਗ ਨੇ ਇਹ ਰੂਮ ਨੇ ਪਰ ਉਹਦੇ ਨਾਲੋਂ ਵੱਖਰੇ ਨਹੀਂ ਹਨ ਅਸੀਂ ਰੱਬ ਦਾ ਹੀ ਅੰਗ ਹਾਂ ਇਹ ਚੀਜ਼ ਮਹਿਸੂਸ ਕਰਨ ਵਾਲੀ ਹੈ ਇਹ ਚੀਜ਼ ਮੰਨਣ ਵਾਸਤੇ ਹੈ ਇਹਦਾ ਲਾਭ ਤਾਂ ਹੋਵੇਗਾ ਜੇ ਐਸ ਸੰਸਾਰ ਨੂੰ ਰੱਬ ਦਾ ਤਨ ਮੰਨੀਏ ਤੇ ਜਿਸ ਰੱਬ ਦੇ ਨਾਲ ਤੁਹਾਡਾ ਪਿਆਰ ਹੋਵੇਗਾ ਕਿ ਉਸ ਰੱਬ ਦੀਆਂ ਤੁਸੀਂ ਉਂਗਲੀਆਂ ਤੋੜੋਗੇ ਉਹਦੀਆਂ ਬਾਹਾਂ ਵੱਡੋਗੇ ਇਹ ਤਾਂ ਇਹ ਨਾ ਕੋਈ ਸਾਡਾ ਪਿਆਰਾ ਹੋਵੇ ਤੇ ਅਸੀ ਆਖੀ ਚਲ ਮਿੱਤਰ ਦੇ ਨਾਲ ਸਾਡਾ ਪ੍ਰੇਮ ਹੈ ਮਿੱਤਰ ਦੀਆਂ ਉਂਗਲੀਆਂ ਨਾਲ ਪਿਆਰ ਥੋੜਾ ਇਹਦੀਆਂ ਉਂਗਲੀਆਂ ਵੱਡ ਤਿੰਨੇ ਆ ਇਹ ਵੀ ਇੱਕ ਲੱਤ ਵੱਢ ਦਿੰਨੇ ਆ ਐਵੇਂ ਨਹੀਂ ਨਾ ਹੁੰਦਾ ਉਹਦੇ ਅੰਗਾਂ ਨਾਲ ਵੀ ਪਿਆਰ ਹੋਏਗਾ ਉਹਦੀ ਪ੍ਰੋਪਰਟੀ ਨਾਲ ਪਿਆਰ ਹੋਏਗਾ ਇਸੇ ਤਰ੍ਹਾਂ ਇਹ ਸਾਰਾ ਸੰਸਾਰ ਰੱਬ ਦਾ ਸ਼ਰੀਰ ਹੈ ਜਦੋਂ ਅਸੀਂ ਕਿਸੇ ਇੱਕ ਇਨਸਾਨ ਨੂੰ ਦੁੱਖ ਦਿੰਨੇ ਆ ਤਾਂ ਰੱਬ ਦੇ ਇੱਕ ਅੰਗ ਨੂੰ ਦੁੱਖ ਦੇ ਰਹੇ ਹੁੰਦੇ ਆ ਸਾਡੇ ਦਿਮਾਗ ਵਿੱਚ ਇਹ ਚੀਜ਼ਾਂ ਬਹਿਣਗੀਆਂ ਪੂਰੀ ਦੁਨੀਆ ਪੂਰੀ ਮਨੁੱਖਤਾ ਦੇ ਫਿਰ ਕੋਈ ਕਿਸੇ ਨੂੰ ਦੁੱਖ ਨਹੀਂ ਦੇਵੇਗਾ ਇਹ ਚੀਜ਼ਾਂ ਪ੍ਰਚਾਰਨ ਦੀ ਲੋੜ ਹੈ ਇਹ ਚੀਜ਼ਾਂ ਪ੍ਰਸਾਰਨ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ ਪਹਿਲਾਂ ਆਪ ਸਮਝਣ ਔਰ ਮੰਨਣ ਦੀ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਕਰਨ ਦੀ ਲੋੜ ਹੈ ਸਾਡੇ ਦਿਮਾਗ ਵਿੱਚ ਚੀਜ਼ਾਂ ਚੰਗੀ ਤਰ੍ਹਾਂ ਬਹਿ ਜਾਣ ਸਮਝ ਵਿੱਚ ਆ ਜਾਣ ਸਾਡੀ ਕਾਮਨ ਸੈਂਸ ਵਿੱਚ ਆ ਜਾਣ ਸਾਡੀ ਸੁਰਤ ਵਿੱਚ ਆ ਜਾਣ ਫਿਰ ਅਸੀਂ ਇਹਨਾਂ ਨੂੰ ਵਿਹਾਰ ਦੇ ਵਿੱਚ ਲਿਆਈਏ ਔਰ ਲੋਕਾਂ ਨੂੰ ਫਿਰ ਦੱਸੀਏ ਅੱਗੇ ਅੱਗੇ ਦੱਸੀਏ ਅੱਗੇ ਤੱਕ ਇਹ ਚੀਜ਼ ਫੈਲੇ ਹਰ ਇਨਸਾਨ ਤੱਕ ਜਦੋਂ ਤੱਕ ਇਹ ਸੋਚ ਨਹੀਂ ਨਾ ਪਹੁੰਚਦੀ ਉਦੋਂ ਤੱਕ ਸਮਾਜ ਅੰਦਰ ਪੂਰਨ ਤੌਰ ਤੇ ਸੁਖ ਸ਼ਾਂਤੀ ਜਾਂ ਵਿਸ਼ੂ ਸ਼ਾਂਤੀ ਨਹੀਂ ਵਰਤ ਸਕਦੀ ਜਿਵੇਂ ਆਮ ਘਰਾਂ ਦੀ ਗੱਲ ਹੈ ਨਾ ਪਰਿਵਾਰ ਦੇ ਵਿੱਚ ਇੱਕ ਅੱਧਾ ਜੀ ਸਾਰੇ ਪਰਿਵਾਰ ਨੂੰ ਡਿਸਟਰਬ ਕਰ ਦਿੰਦਾ ਹੈ ਰਿਸ਼ਤੇਦਾਰਾਂ ਦੇ ਵਿੱਚ ਇੱਕ ਅੱਧਾ ਭੈੜਾ ਬੰਦਾ ਸਾਰੇ ਰਿਸ਼ਤੇਦਾਰਾਂ ਨੂੰ ਖੁਲਾਲ ਪੁਲਾਰ ਦਿੰਦਾ ਹੈ ਇਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਜਦੋਂ ਮਾੜੇ ਬੰਦੇ ਆ ਜਾਂਦੇ ਨੇ ਤਾਂ ਉਹ ਅਨਿਸਥਿਰਤਾ ਪੈਦਾ ਕਰਦੇ ਨੇ ਸਗਲ ਸਮਗਰੀ ਜਾਕਾ ਤਨਾ ਸਾਰਾ ਦਿਸਤਾ ਜਗਤ ਜਿਹਦਾ ਸ਼ਰੀਰ ਹੈ ਆਪਨ ਜਸ ਆਪ ਹੀ ਸੁਣਾ ਸਾਰਿਆਂ ਦੇ ਵਿੱਚੋਂ ਵਿਆਪਕ ਹੈ ਇਸ ਲਈ ਆਪਣੀ ਮਹਿਮਾ ਉਹ ਆਪ ਹੀ ਸੁਣ ਰਿਹਾ ਹੈ ਇਹ ਨਹੀਂ ਕਿ ਵੱਖਰਾ ਬੈਠਾ ਹੋਇਆ ਕਿਤੇ ਸੁਣ ਰਿਹਾ ਜਦੋਂ ਤੁਸੀਂ ਮਹਿਮਾ ਕਰਦੇ ਹੋ ਨਾ ਰੱਬ ਦੀ ਤਾਂ ਤੁਹਾਡੇ ਅੰਦਰ ਆਪ ਹੀ ਸੁਣ ਰਿਹਾ ਹੈ ਜੇ ਤੁਸੀਂ ਕਿਸੇ ਨੂੰ ਸੁਣਾ ਰਹੇ ਹੋ ਤਾਂ ਆਪ ਹੀ ਸੁਣ ਰਿਹਾ ਹੈ ਕਿਉਂਕਿ ਹੈ ਹੀ ਸਾਰੇ ਰੱਬ ਦਾ ਅੰਗ ਨੇ ਨਾ ਤੁਸੀਂ ਵੀ ਮੈਂ ਵੀ ਉਹਦੇ ਅਸੀਂ ਅੰਗ ਨਾ ਉਹੀ ਨਾ ਸਬ ਦੇ ਅੰਦਰ ਇੱਕੋ ਹੀ ਚੀਜ਼ ਫੈਲੀ ਹੋਈ ਨਾ ਇੱਕ ਓੰਕਾਰ ਦੇ ਅੰਦਰ ਅਸੀਂ ਚੀਜ਼ਾਂ ਸਮਝ ਆਇਆ ਕਿ ਇੱਕ ਹੀ ਫੈਲਿਆ ਹੋਇਆ ਹੈ ਸਰਬਵਿਆਪਕ ਹੈ ਤਾਂ ਜਦੋਂ ਅਸੀਂ ਚੀਜ਼ ਸਮਝਾਂਗੇ ਨਾ ਇਹਦੇ ਤੇ ਅਮਲ ਕਰਾਂਗੇ ਕਿ ਆਪਨ ਜਸ ਆਪ ਹੀ ਸੁਣਾ ਤਾਂ ਫਿਰ ਅਸੀਂ ਵਡਿਆਈ ਕਰਾਂਗੇ ਸਾਡੇ ਅੰਦਰ ਸਕਾਰਾਤਮਕ ਸੋਚ ਆਏਗੀ ਸਾਹਮਣੇ ਵਾਲਾ ਜਿਹੜਾ ਬੰਦਾ ਹੈ ਫਿਰ ਅਸੀਂ ਉਹਦੇ ਅੰਦਰ ਵੀ ਸ਼ੁਭ ਗੁਣ ਵੇਖਾਂਗੇ ਉਹਦੇ ਸ਼ੁਭ ਗੁਣਾਂ ਦੀ ਤਾਰੀਫ਼ ਕਰਾਂਗੇ ਆਪਣੇ ਅੰਦਰਲੇ ਸ਼ੁਭ ਗੁਣਾਂ ਦੀ ਤਾਰੀਫ਼ ਕਰਾਂਗੇ ਆਪਣੇ ਅੰਦਰੋਂ ਸ਼ੁਭ ਗੁਣਾਂ ਨੂੰ ਪ੍ਰਗਟ ਕਰਾਂਗੇ ਸਮਝ ਪਵੇਗੀ ਕਿ ਆਪ ਹੀ ਉਹ ਸੁਣ ਰਿਹਾ ਹੈ ਸਰਬਵਿਆਪਕ ਹੈ ਉਹ ਤੇ ਜਦੋਂ ਅਸੀਂ ਇਹ ਚੀਜ਼ ਸਮਝ ਲਵਾਂਗੇ ਨਾ ਕਿ ਸੁਣ ਰਿਹਾ ਹੈ ਰੱਬ ਸੁਣ ਰਿਹਾ ਹੈ ਸਪੂਝ ਕਿ ਮੇਰੇ ਅੰਦਰ ਹੁਣ ਇਹ ਭਾਵਨਾ ਹੋਵੇ ਕਿ ਜੋ ਮੇਰੇ ਸਾਹਮਣੇ ਮੇਰੀਆਂ ਭੈਣਾਂ ਮੇਰੇ ਵੀਰ ਬੈਠੇ ਨੇ ਇਹਨਾਂ ਦੇ ਅੰਦਰ ਬੈਠਾ ਰੱਬ ਸੁਣ ਰਿਹਾ ਹੈ ਤਫਸੀਰ ਮੈਂ ਕਿਵੇਂ ਬੋਲ ਬੋਲਾਂਗਾ ਪਿਆਰ ਵਾਲੇ ਸਤਕਾਰ ਵਾਲੇ ਉਹ ਬੋਲ ਜੋ ਬੋਲ ਤੁਹਾਨੂੰ ਮੈਨੂੰ ਸ਼ਾਂਤੀ ਦੇਣਗੇ ਉਹ ਬੋਲ ਜੋ ਰੱਬ ਨੂੰ ਪ੍ਰਵਾਨ ਹੋਣਗੇ ਹੁਣ ਅਸੀਂ ਇਹ ਚੀਜ਼ਾਂ ਜਿਹੜੇ ਨਾ ਆਮ ਜੋ ਧਾਰਮਿਕ ਲੋਕ ਨੇ ਜਿੰਨਾਂ ਵਿੱਚ ਮੈਂ ਖੁਦ ਵੀ ਸ਼ਾਮਲ ਹਾਂ ਅਸੀਂ ਇਹ ਚੀਜ਼ਾਂ ਬੋਲਦੇ ਰਹੋਗੇ ਸੁਣਦੇ ਹਾਂ ਪੜ੍ਹਦੇ ਹਾਂ ਕੁਮੁਨਿਸਾਹਬ ਜੀ ਦੇ ਕਿੰਨੇ ਪਾਠ ਗੁਰਦੁਆਰੇ ਸਹਿਬਾਨ ਵਿੱਚ ਹੋ ਰਹੇ ਨੇ ਪਰ ਪ੍ਰੋਬਲਮ ਇਥੇ ਹੈ ਕਿ ਅਸੀਂ ਅਮਲ ਨਹੀਂ ਕਰ ਪਾ ਰਹੇ ਮਨੋਤਾ ਸਾਡੀਆਂ ਹੋਰ ਨੇ ਪਰ ਅਸੀਂ ਕੁਝ ਹੋਰ ਰਹੇ ਹਾਂ ਇਸ ਲਈ ਜੋ ਸਾਡੀਆਂ ਪਹਿਲੀਆਂ ਮਨੋਤਾ ਨੇ ਨਾ ਗਲਤ ਉਹਨਾਂ ਗਲਤ ਮਨੋਤਾ ਨੂੰ ਡਿਲੀਟ ਕਰਨ ਦੀ ਲੋੜ ਹੈ ਔਰ ਸਾਰਾ ਕੁਝ ਨਵਾਂ ਸਾਡੇ ਅੰਦਰ ਨਵਾਂ ਸੌਫਟਵੇਅਰ ਇੰਸਟਾਲ ਹੋਣਾ ਚਾਹੀਦਾ ਹੈ ਗੁਰੂ ਦੀ ਜੋ ਸੋਚ ਹੈ ਇਹ ਚੀਜ਼ਾਂ ਸਾਡੇ ਅੰਦਰ ਡਾਊਨਲੋਡ ਹੋਣੀਆਂ ਚਾਹੀਦੀਆਂ ਨੇ ਪਹਿਲੀਆਂ ਡਿਲੀਟ ਹੋ ਜਾਣ ਆਮਨ ਜਾਨ ਇੱਕ ਖੇਲ ਬਣਾਇਆ ਆਮਨ ਦਾ ਮਤਲਬ ਆਉਣਾ ਜਾਉਣ ਦਾ ਮਤਲਬ ਜਾਨ ਦਾ ਮਤਲਬ ਜਾਣਾ ਯਾਨੀ ਜੰਮਣਾ ਔਰ ਮਰ ਜਾਣਾ ਬੰਦਾ ਜੰਮਦਾ ਹੈ ਬੰਦਾ ਮਰ ਜਾਂਦਾ ਹੈ ਗੁਰੂ ਜੀ ਕਹਿੰਦੇ ਨੇ ਰੱਬ ਨੇ ਖੇਲ ਬਣਾਇਆ ਹੋਇਆ ਹੈ ਕਿਉਂਕਿ ਜਨਮ ਔਰ ਮਰਨ ਤੋਂ ਬਿਨਾ ਦੁਨੀਆ ਚੱਲ ਨਹੀਂ ਸਕਦੀ ਜੇ ਇੱਥੇ ਹੋਏ ਨਾ ਸਿਰਫ ਕੱਲਾ ਜਨਮ ਮੌਤ ਨਾ ਹੋਵੇ ਹਰ ਰੋਜ਼ ਕਾਸ ਫੂਸ ਪੈਦਾ ਹੁੰਦਾ ਜਾਏ ਖਤਮ ਨਾ ਹੋਵੇ ਕੀਡੇ ਮਕੋੜੇ ਵਿਰਕਸ਼ ਆਦਿਕ ਪੈਦਾ ਹੁੰਦੇ ਜਾਣ ਜੀਵ ਜੰਤੂ ਪਸ਼ੂ ਪੰਛੀ ਮਨੁੱਖ ਬਾਤਰ ਪੈਦਾ ਤੇ ਰੋਜ਼ ਹੋਈ ਜਾਣ ਤੇ ਮਰੇ ਨਾ ਕੋਈ ਵੀ ਤਾਂ ਕਿ ਇਹ ਦੁਨੀਆ ਚੱਲ ਸਕਦੀ ਹੈ ਇਹ ਦਿਸਾਲ ਐਂਡ ਲਿਵਥਾਨੀ ਬਚਣਾ ਬਹਿਣਾ ਖਲੋਣਾ ਤਾਂ ਦੂਰ ਦੀ ਗੱਲ ਤੇ ਜੇ ਕੇਵਲ ਮੌਤ ਹੋਵੇ ਜਨਮ ਨਾ ਹੋਵੇ ਨਵਾਂ ਕੋਈ ਪੇੜ ਨਾ ਪੈਦਾ ਹੋਵੇ ਨਵਾਂ ਕੋਈ ਜੀਵ ਜੰਤ ਪਸ਼ੂ ਪੰਛੀ ਪੈਦਾ ਨਾ ਹੋਵੇ ਨਵਾਂ ਕੋਈ ਮਨੁੱਖ ਪੈਦਾ ਨਾ ਹੋਵੇ ਜਿਹੜੇ ਪਹਿਲੇ ਨੇ ਉਹ ਮਰਦੇ ਜਾਣ ਬੇਸ਼ੱਕ ਇੱਕ ਇੱਕ ਕਰਕੇ ਹਿੰਮਨ ਤਾ 10ਵੀਂ ਸਾਲ ਬਾਅਦ ਆ ਦੁਨੀਆ ਖਤਮ ਹੋ ਜਾਏਗੀ 100 ਸਾਲ ਬਾਅਦ ਹੋ ਜਾਏਗੀ ਇਸ ਲਈ ਜਨਮ ਔਰ ਮਰਨ ਆਉਣਾ ਔਰ ਜਾਣਾ ਇਹ ਰੱਬ ਨੇ ਇੱਕ ਖੇਲ ਬਣਾਇਆ ਹੋਇਆ ਹੈ ਇਹ ਕੋਈ ਰਚਨਾ ਹੈ ਉਹਦਾ ਖੇਲ ਹੈ ਤੇ ਇਸ ਖੇਲ ਨੂੰ ਖਿਲਣਾ ਹੈ ਇਸ ਸੰਸਾਰ ਨੂੰ ਇਸ ਜੀਵਨ ਨੂੰ ਜੰਗ ਦਾ ਅਖਾੜਾ ਨਹੀਂ ਬਣਾਣਾ ਖੇਡ ਦੀ ਤਰ੍ਹਾਂ ਖੇਡਣਾ ਆਗਿਆਕਾਰੀ ਕਿੰਨੀ ਮਾਇਆ ਇਥੇ ਮਾਇਆ ਦਾ ਮਤਲਬ ਹੈ ਰਚਨਾ ਮਾਇਆ ਦਾ ਮਤਲਬ ਸਾਰੀ ਰਚਨਾ ਜਿਹੜੀ ਹੈ ਰੱਬ ਨੇ ਇਸ ਰਚਨਾ ਨੂੰ ਆਗਿਆਕਾਰੀ ਬਣਾਇਆ ਹੈ ਹੁਕਮ ਵਿੱਚ ਤੁਰਨ ਵਾਲੀ ਯਾਨੀ ਜਿੰਨੀ ਵੀ ਰਚਨਾ ਹੈ ਜੋ ਵੀ ਦਿਸਦਾ ਜਗਤ ਹੈ ਪਾਣ ਪਾਣੀ ਬੈਸੰਤਰ ਹੈ ਜੀਵ ਜੰਤ ਨੇ ਖੰਡ ਮੰਡਲ ਬ੍ਰਹਿਮੰਡ ਨੇ ਗ੍ਰਹਿ ਨਕਸ਼ਤਰ ਤਾਰੇ ਸਾਰੇ ਸਿਤਾਰੇ ਨੇ ਜੋ ਕੁਝ ਵੀ ਜਗਤ ਵਿੱਚ ਹੈ ਇਹ ਸਭ ਆਗਿਆਕਾਰੀ ਹੈ ਆਗਿਆਕਾਰੀ ਦਾ ਮਤਲਬ ਹੁਕਮ ਵਿੱਚ ਤੁਰਨ ਵਾਲੀ ਤੇ ਹੁਕਮ ਦਾ ਮਤਲਬ ਸਿਸਟਮ ਵਿਸਤੁਰਨ ਵਾਲੀ ਸਾਰਾ ਸੰਸਾਰ ਇੱਕ ਸਿਸਟਮ ਦੇ ਅੰਦਰ ਚੱਲ ਰਿਹਾ ਹੈ ਕੁਦਰਤ ਦੀ ਨੀਮਾਂ ਦੇ ਅੰਦਰ ਚੱਲਦਾ ਹੈ ਨੀਮਾਂ ਤੋਂ ਬਾਹਰ ਨਹੀਂ ਸਭ ਕਹਿ ਮਧ ਅਲਿਪਤੋ ਰਹਿ ਅਲਿਪਤੋ ਦਾ ਮਤਲਬ ਬੇਦਾਗ ਸਭ ਕਹਿ ਮਧ ਦਾ ਮਤਲਬ ਸਾਰਿਆਂ ਦੇ ਵਿੱਚ ਹੈ ਮੇਰੇ ਵਿੱਚ ਵੀ ਤੁਹਾਡੇ ਵਿੱਚ ਵੀ ਸਾਰਿਆਂ ਦੇ ਵਿੱਚ ਹੈ ਅਲਿਪਤੋ ਰਹਿ ਦਾ ਮਤਲਬ ਉਹ ਨਿਰਲੇਪ ਹੈ ਵਿਕਾਰਤ ਸਾਡੇ ਵਾਸਤੇ ਇਥੇ ਜੀਵਨ ਵਾਸਤੇ ਸਾਨੂੰ ਕੀ ਚੀਜ਼ ਮਿਲੇਗੀ ਕਿ ਅਸੀਂ ਵੀ ਅਲੇਪ ਰਹਿਣਾ ਹੈ ਕਿਉਂਕਿ ਰੱਬ ਅਲੇਪ ਹੈ ਨਾ ਉਹਦੇ ਉੱਤੇ ਗੁਨਾ ਦਾ ਕੋਈ ਲੇਪ ਨਹੀਂ ਹੈ ਤਾਂ ਅਸੀਂ ਵੀ ਇਸ ਸੰਸਾਰ ਦੇ ਅੰਦਰ ਵਿਕਾਰਾਂ ਤੋਂ ਅਲੇਪ ਹੋ ਸਕਦੇ ਹਾਂ ਗੁਨਾ ਵਾਲੀ ਜ਼ਿੰਦਗੀ ਜੀ ਸਕਦੇ ਹਾਂ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿਸਾਨੇ ਜਿਵੇਂ ਪਾਣੀ ਦੇ ਵਿੱਚ ਕਮਲ ਅਲੇਪ ਹੈ ਜਿਵੇਂ ਮੁਰਗਾ ਵੀ ਅਲੇਪ ਹੈ ਇਸੇ ਤਰ੍ਹਾਂ ਬੰਦਾ ਵੀ ਇਸ ਦੁਨੀਆਂ ਦੇ ਅੰਦਰ ਵਸਤਾ ਹੋਇਆ ਰਹਿੰਦਾ ਹੋਇਆ ਵਿਕਾਰਾਂ ਤੋਂ ਨਿਰਲੇਪ ਰਹਿ ਸਕਦਾ ਹੈ ਅਸੀਂ ਈਰਖਾ ਦੁਸ਼ਟ ਤੋਂ ਰਹਿਤ ਜ਼ਿੰਦਗੀ ਜੀ ਸਕਦੇ ਹਾਂ ਗੁਣਾਵਾਲੀ ਜ਼ਿੰਦਗੀ ਜੀ ਸਕਦੇ ਹਾਂ ਸਾਡੇ ਵਿੱਚ ਇਹ ਸੰਭਾਵਨਾ ਹੈ ਕਿਉਂਕਿ ਅਸੀਂ ਅਲੇਪ ਦੇ ਰੂਪ ਹਨ ਇਸ ਲਈ ਸਾਨੂੰ ਇਹ ਯਤਨ ਕਰਨਾ ਚਾਹੀਦਾ ਹੈ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਉਹ ਅਲੇਪ ਹੈ ਜੋ ਕਿਛ ਕਹਿਣਾ ਸੋ ਆਪਿਕ ਹੈ ਉਹਨੇ ਜੋ ਕਹਿਣਾ ਹੁੰਦਾ ਹੈ ਉਹ ਕਹਿੰਦਾ ਹੈ ਹੁਣ ਜੋ ਕਹਿਣਾ ਹੈ ਉਹ ਕਹਿੰਦਾ ਹੈ ਦਾ ਮਤਲਬ ਕਿ ਜੋ ਉਹਦਾ ਹੁਕਮ ਹੈ ਉਹੀ ਇਸ જગਤ ਦੇ ਅੰਦਰ ਵਾਪਰਦਾ ਹੈ ਹੁਕਮ ਹੀ ਉਹਦਾ ਕਹਿਣਾ ਹੈ ਆਗਿਆ ਆਵੇ ਆਗਿਆ ਜਾਏ ਇਹ ਦੋ ਜੀਵ ਹੈ ਬੰਦਾ ਹੈ ਜਾਂ ਸ੍ਰਿਸ਼ਟੀ ਦੀ ਹਰ ਕੋਈ ਛੇ ਹੈ ਜੋ ਵੀ ਦਿਸਦੀ ਹੈ ਹੁਕਮ ਦੇ ਵਿੱਚ ਆ ਰਹੀ ਹੈ ਔਰ ਹੁਕਮ ਦੇ ਅੰਦਰ ਜਾ ਰਹੀ ਹੈ ਆਗਿਆ ਦਾ ਮਤਲਬ ਹੁਕਮ ਤੇ ਹੁਕਮ ਦਾ ਮਤਲਬ ਬੋਲੋ ਸਾਰੇ ਹੁਕਮ ਦਾ ਮਤਲਬ ਸਿਸਟਮ ਸਿਸਟਮ ਦੇ ਅੰਦਰ ਜੀਵ ਆ ਰਹੇ ਨੇ ਸਿਸਟਮ ਦੇ ਅੰਦਰ ਜਾ ਰਹੇ ਨੇ ਕੁਦਰਤੀ ਨਿਯਮਾਂ ਦੇ ਅੰਦਰ ਜੀਵ ਜੰਤ ਪੈਦਾ ਹੋ ਰਹੇ ਨੇ ਕੁਦਰਤੀ ਨਿਯਮਾਂ ਦੇ ਅੰਦਰ ਵਿਕਾਸ ਹੋ ਰਿਹਾ ਹੈ ਕੁਦਰਤੀ ਨਿਯਮਾਂ ਦੇ ਅੰਦਰ ਹਿਮੋਤਾ ਆਦਿ ਕੁਰੀ ਹੈ ਤਾਂ ਸਾਰਾ ਸੰਸਾਰ ਸਾਰੀ ਰਚਨਾ ਆਗਿਆ ਦੇ ਵਿੱਚ ਜਨਮ ਦੀ ਔਰ ਆਗਿਆ ਵਿੱਚ ਮਰਦੀ ਹੈ ਨਾਨਕ ਇਹ ਤੁਕਾਂਗੇ ਜਾਂ ਭਾਵੈ ਇਥੇ ਵੀ ਸ੍ਰਾਮ ਲਗਾਵਾਂਗੇ ਤਾਂ ਲੈ ਸਮਾਏ ਨਾਨਕ ਜਾ ਭਾਵੇ ਜਿੰਨੂੰ ਰੱਬ ਚੰਗਾ ਲੱਗਦਾ ਹੈ ਜਾ ਭਾਵੇ ਦਾ ਮਤਲਬ ਜਿੰਨੂੰ ਰੱਬ ਪਾਉਂਦਾ ਹੈ ਤਾਂ ਲੈ ਸਮਾਏ ਉਹਨੂੰ ਰੱਬ ਆਪਣੇ ਅੰਦਰ ਸਮਾ ਲੈਂਦਾ ਹੈ ਉਹਨੂੰ ਆਪਣੇ ਅੰਦਰ ਮਿਲਾ ਲੈਂਦਾ ਜਿੰਨੂੰ ਪਾਉਂਦਾ ਹੈ ਸਮਾਣਾ ਜਿੰਨੂੰ ਚੰਗਾ ਲੱਗਦਾ ਉਹਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਹੋਏ ਸਾਡੇ ਤੇ ਡਿਪੈਂਡ ਕਰੇਗਾ ਕਿ ਅਸੀਂ ਰੱਬ ਦੇ ਅੰਦਰ ਸਮਾਣਾ ਚਾਹੁੰਦੇ ਆ ਕਿ ਨਹੀਂ ਅਸੀਂ ਸਮਾਣਾ ਚਾਹੁੰਦੇ ਆ ਕਿ ਨਹੀਂ ਸਾਡੇ ਤੇ ਡਿਪੈਂਡ ਕਰੇਗਾ ਕਿ ਸਾਡੇ ਅੰਦਰ ਜੋ ਗੁਣ ਨੇ ਸਚਾਈ ਹੈ ਦਇਆ ਹੈ ਪ੍ਰੇਮ ਹੈ ਅਸੀਂ ਆਪਣੀ ਸੁਰਤ ਨੂੰ ਇਹਨਾਂ ਵਿੱਚ ਲੀਨ ਕਰਨਾ ਹੈ ਕਿ ਨਹੀਂ ਕਰਨਾ ਅਸੀਂ ਗੁਰੂ ਦੀ ਗੱਲ ਮੰਨਣੀ ਹੈ ਜਾਂ ਨਹੀਂ ਮੰਨਣੀ ਇਹ ਸਾਡੇ ਤੇ ਡਿਪੈਂਡ ਕਰੇਗਾ ਮੈਂ ਸੱਚ ਬੋਲਣਾ ਚਾਹਨਾ ਜਾਂਚ ਉਠ ਹੀ ਤੇ ਮੇਰੇ ਤੇ ਡਿਪੈਂਡ ਕਰੇਗਾ ਮੇਰੀ ਮਰਜ਼ੀ ਹੈ ਨਾ ਮੈਂ ਪ੍ਰੇਮ ਨਾਲ ਰਹਿਣਾ ਚਾਹਨਾ ਜਾਂ ਈਰਖਾ ਨਾਲ ਰਹਿਣਾ ਚਾਹਨਾ ਮੇਰੀ ਮਰਜ਼ੀ ਹੈ ਮੈਂ ਨਿਰਵੈਰਤਾ ਨਾਲ ਰਹਿਣਾ ਚਾਹਨਾ ਕਿ ਮੈਂ ਵੈਰ ਭਾਵ ਨਾਲ ਰਹਿਣਾ ਚਾਹਨਾ ਇਹ ਮੇਰੀ ਮਰਜ਼ੀ ਹੈ ਨਾ ਹੁਣ ਜੇ ਚੰਗਾ ਲੱਗੇਗਾ ਤਾਂ ਹੀ ਰਾਬੂ ਨੂੰ ਕਹਵੇਗਾ ਨਾ ਕਿ ਤੂੰ ਆ ਮੇਰੇ ਅੰਦਰ ਸਮਾ ਜਾ ਤੇ ਜੇ ਸਾਨੂੰ ਰੱਬ ਦੇ ਅੰਦਰ ਲੀਨ ਹੋਣਾ ਚੰਗਾ ਹੀ ਨਾ ਲੱਗੇ ਤਾਂ ਫਿਰ ਕਿਵੇਂ ਉਹ ਧੱਕੇ ਨਾਲ ਥੋੜਾ ਸਮਾਏਗਾ ਇਸ ਲਈ ਸਾਨੂੰ ਰੱਬ ਦੇ ਨਾਲ ਪਿਆਰਨਾ ਚਾਹੀਦਾ ਹੈ ਰੱਬ ਦਾ ਮਤਲਬ ਰੱਬੀ ਗੁਣਾਂ ਦੇ ਨਾਲ ਆਦਿ ਇਸ ਦਾ ਸਾਰਾ ਜਗਤ ਇਹ ਰੱਬ ਦਾ ਸ਼ਰੀਰ ਹੈ ਰੱਬੀ ਗੁਣਾਂ ਦੇ ਅੰਦਰ ਅਸੀਂ ਸਮਾਣਾ ਹੈ ਆਪਣੀ ਸੂਰਤ ਨੂੰ ਉਹਨਾਂ ਗੁਣਾਂ ਦੇ ਅੰਦਰ ਲੀਨ ਕਰਨਾ ਹੈ ਔਰ ਜਿੰਨੂੰ ਵੀ ਚੰਗਾ ਲੱਗਦਾ ਹੈ ਉਹ ਹੀ ਸਮਾ ਸਕਦਾ ਹੈ ਕਿਸੇ ਦੇ ਉੱਤੇ ਕੋਈ ਬੈਨ ਨਹੀਂ ਹੈ ਕਿਸੇ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਹੈ ਔਰ ਬੜਾ ਸੌਖਾ ਕੰਮ ਹੈ ਕੋਈ ਔਖਿਆਈ ਨਹੀਂ ਝੂਠ ਬੋਲਣ ਲੱਗਿਆਂ ਔਖਿਆਈਆਂ ਨੇ ਨਫ਼ਰਤ ਕਰਨ ਲੱਗਿਆਂ ਔਖਿਆਈ ਪੈਦਾ ਹੁੰਦੀ ਹੈ ਚੋਰੀਆਂ ਕਰਨ ਲੱਗਿਆਂ ਔਖਿਆ ਹੋਣਾ ਪੈਂਦਾ ਦੋ ਨੰਬਰ ਦੇ ਧੰਦੇ ਕਰਕੇ ਬੰਦਾ ਔਖਾ ਹੁੰਦਾ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਸੱਚਾ ਜੀਵਨ ਜੀ ਕੇ ਪਿਆਰ ਮੁਹੱਬਤ ਦੇ ਨਾਲ ਜੀਵਨ ਬਿਤਾ ਕੇ ਤੇ ਕੋਈ ਔਖਿਆਈ ਨਹੀਂ ਹੈ ਇਸ ਲਈ ਜਿੰਨੂੰ ਪੌਂਦਾ ਹੈ ਜਿੰਨੂੰ ਰੱਬ ਦੇ ਗੁਣ ਚੰਗੇ ਲੱਗਦੇ ਨੇ ਜਿੰਨੂੰ ਰੱਬ ਦੀ ਰਜਾ ਚੰਗੀ ਲੱਗਦੀ ਹੈ ਉਹ ਆਪਣੇ ਅੰਦਰ ਉਸ ਸਮਾ ਲੈਂਦਾ ਉਹਨੂੰ ਆਪਣੇ ਅੰਦਰ ਮਿਲਾ ਲੈਂਦਾ ਇਸਤੇ ਹੋਏ ਸੋ ਨਾ ਹੀ ਬੁਰਾ ਇਸਤੇ ਹੋਏ ਦਾ ਮਤਲਬ ਜੋ ਰੱਬ ਵੱਲ ਹੁੰਦਾ ਹੈ ਸੋ ਨਾ ਹੀ ਬੁਰਾ ਉਹ ਕੁਝ ਵੀ ਬੁਰਾ ਨਹੀਂ ਹੁੰਦਾ ਜੀਵਨ ਵਾਸਤੇ ਇਸਤੇ ਹੋਏ ਜੋ ਰੱਬ ਤੋਂ ਹੁੰਦਾ ਹੈ ਉਹ ਬੁਰਾ ਨਹੀਂ ਹੁੰਦਾ ਕੁਝ ਵੀ ਰੱਬ ਨੇ ਜੋ ਕੁਝ ਪੈਦਾ ਕੀਤਾ ਹੈ ਉਹ ਚੰਗਾ ਕੀਤਾ ਹੈ ਹੁਣ ਅਸੀਂ ਉਹਨੂੰ ਵਰਤੋਂ ਵਿੱਚ ਮਾੜੀ ਤਰ੍ਹਾਂ ਲਿਆ ਵੀਏ ਤਾਂ ਇਹ ਸਾਡੀ ਪ੍ਰੋਬਲਮ ਹੈ ਜਿਵੇਂ ਗੱਲ ਨੂੰ ਸਮਝਣ ਵਾਸਤੇ ਮੈਂ ਰੋਜ਼ ਇਹ ਮਿਸਾਲ ਦੇ ਰਿਹਾ ਕਿ ਅੰਗੂਰ ਨੇ ਕਦੋਂ ਅੰਗੂਰ ਪੈਦਾ ਕੀਤੇ ਨੇ ਤੇ ਬੁਰੇ ਵਾਸਤੇ ਪੈਦਾ ਨਹੀਂ ਕੀਤੇ ਭਲੇ ਵਾਸਤੇ ਪੈਦਾ ਕੀਤੇ ਨੇ ਅੰਗੂਰ ਬੜਾ ਵਧੀਆ ਫਲ ਹੈ ਹੁਣ ਜਿੰਨਾ ਚਿਰ ਅਸੀਂ ਅੰਗੂਰ ਤਾਜ਼ਾ ਖਾਧਾ ਖਾਦਾ ਬਾਕੀ ਜੋ ਵੱਧ ਗਿਆ ਡਾਕਟਰਾਂ ਨੇ ਉਹਦੇ ਨਾਲ ਦਵਾਈ ਬਣਾ ਲਈ ਤੇ ਦੂਜੇ ਬੰਦੇ ਨੇ ਅੰਗੂਰਾਂ ਨੂੰ ਤਰਕਾ ਕੇ ਸ਼ਰਾਬ ਬਣਾ ਲਿਆ ਦਵਾਈ ਸਾਡੇ ਲਾਭ ਵਾਸਤੇ ਅੰਗੂਰ ਸਾਡੇ ਲਾਭ ਵਾਸਤੇ ਤੇ ਉਹ ਅੰਗੂਰ ਤੋਂ ਬਣੀ ਹੋਈ ਸ਼ਰਾਬ ਉਹਨਾਂ ਕਿਡਨੀਆਂ ਵੀ ਖਰਾਬ ਕਰੇਗੀ ਲੀਵਰ ਵੀ ਖਰਾਬ ਕਰੇਗੀ ਪੈਸੇ ਦੀ ਵੀ ਹਾਨੀ ਹੋਵੇਗੀ ਰਿਸ਼ਤੇ ਨਾਤੇ ਵੀ ਟੁੱਟਣਗੇ ਔਰ ਸਾਡੀ ਸਿਹਤ ਵੀ ਖਰਾਬ ਹੋਏਗੀ ਪੈਦੇ ਵਿੱਚ ਦੋਸ਼ ਕੀ ਦਾ ਹੈ ਰੱਬ ਨੇ ਥੋੜਾ ਅੰਗੂਰ ਬੁਰਾ ਪੈਦਾ ਕੀਤਾ ਰੱਬ ਨੇ ਤੇ ਚੰਗਾ ਪੈਦਾ ਕੀਤਾ ਅਸੀਂ ਉਹਨੂੰ ਵਰਤਿਆ ਹੀ ਬੁਰੇ ਵਾਸਤੇ ਰੱਬ ਨੇ ਜ਼ਬਾਨ ਦਿੱਤੀ ਬੋਲਣ ਲਈ ਤੇ ਜ਼ਬਾਨ ਇਸ ਕਰਕੇ ਕਿ ਸਾਡਾ ਇੱਕ ਦੂਜੇ ਨਾਲ ਪਿਆਰ ਮੁਹੱਬਤ ਬਣੇ ਤੇ ਅਸੀਂ ਜ਼ਬਾਨ ਦੀ ਵਰਤੋਂ ਹੀ ਐਵੇਂ ਕੀਤੀ ਵਿਚਾਰ ਚ ਫਿਰ ਅੱਗਾ ਲਾ ਦਿੱਤੀ ਹੁਣ ਰੱਬ ਦਾ ਖਸੂਰ ਥੋੜ੍ਹਾ ਹੀ ਹੈ ਰੱਬ ਨੇ ਸਾਨੂੰ ਕੰਨ ਦਿੱਤੇ ਕਿ ਸੱਚ ਸੁਣੋ ਪੋਜ਼ੀਟਿਵ ਸੁਣੋ ਆਨੰਦ ਮਾਣੋ ਪਰ ਸਾਨੂੰ ਕਿਉਂ ਤੱਕ ਮਜ਼ਾ ਹੀ ਨਹੀਂ ਆਉਂਦਾ ਜਦੋਂ ਤੱਕ ਦੋ ਚਾਰ ਬੰਦਿਆਂ ਦੀ ਅਸੀਂ ਮਿੱਟੀ ਕੰਦੀ ਨਾਲ ਸੁਣ ਨਹੀਂ ਲੈਂਦੇ ਤਾਂ ਪ੍ਰੋਬਲਮ ਸਾਡੀ ਹੈ ਨਾ ਇਸ ਤੇ ਹੋਏ ਸੋ ਨਾ ਹੀ ਬੁਰਾ ਜੋ ਰੱਬ ਤੋਂ ਹੁੰਦਾ ਹੈ ਉਹ ਕੁਝ ਵੀ ਬੁਰਾ ਨਹੀਂ ਹੈ ਉਹ ਸਭ ਕੁਝ ਭਲਾ ਹੈ ਔਰ ਕਹੋ ਇਹਨੂੰ ਔਰੇ ਨਹੀਂ ਪੜਨਾ ਰਾਰੇ ਤੇ ਦੁਲਾਵਾਂ ਨੇ ਔਰ ਹੈ ਤੇ ਕਹੋ ਨਹੀਂ ਬੋਲਣਾ ਕਹੋ ਬੋਲਣਾ ਔਰੇ ਕਹੋ ਕਿਨੇ ਇਹਨੂੰ ਕਿਨੇ ਨਹੀਂ ਬੋਲਣਾ ਦਲਾਵਾਂ ਬੁਲੜੀਆਂ ਨੇ ਕਿਨੇ ਔਰ ਹੈ ਕਹੋ ਕਿਨੇ ਕਛ ਕਰ ਉਸ ਪ੍ਰਭੂ ਬਿਨਾ ਦੱਸੋ ਕਿਸੇ ਨੇ ਕੁਛ ਕਰਕੇ ਵਿਖਾਇਆ ਔਰੇ ਕਹੋ ਦਾ ਮਤਲਬ ਕਹੋ ਦੱਸੋ ਔਰੇ ਦਾ ਮਤਲਬ ਹੋਰ ਕਿਸੇ ਨੇ ਰੱਬ ਤੋਂ ਬਿਨਾ ਕਿਨੇ ਕਛ ਕਰਾ ਕਿਸੇ ਨੇ ਕੁਛ ਕੀਤਾ ਹੈ ਜੇ ਇਸ ਦੁਨੀਆ ਵੱਲ ਝਾਤ ਮਾਰ ਕੇ ਦੇਖੋ ਕਿ ਰੱਬ ਤੋਂ ਬਿਨਾ ਜਾਂ ਰੱਬੀ ਰਜਾ ਤੋਂ ਉਲਟ ਕਿਸੇ ਨੇ ਅੱਜ ਤੱਕ ਕੁਛ ਕੀਤਾ ਜਾਂ ਅੱਗੇ ਕੋਈ ਕਰ ਲਵੇਗਾ ਜਾਂ ਅੱਜ ਕੋਈ ਰੱਬ ਤੋਂ ਬਿਨਾ ਕੁਛ ਕਰ ਰਿਹਾ ਹੈ ਰੱਬੀ ਰਜ਼ਾਤ ਮਿਤਾ ਹੁਕਮ ਤੋਂ ਬਿਨਾ ਸਿਸਟਮ ਤੋਂ ਬਿਨਾ ਦੇਖੋ ਜਿੰਨੀਆਂ ਸਾਇੰਸ ਨੇ ਤਰੱਕੀਆਂ ਕੀਤੀਆਂ ਨੇ ਡਾਕਟਰ ਇੰਜੀਨੀਅਰ ਵਿਗਿਆਨਿਕ ਮਨੋਵਿਗਿਆਨਿਕ ਮਨੋਚਿਕਿਤਸਕ ਜੋ ਵੀ ਅੱਗ ਤੋਂ ਔਰ ਪਈਏ ਖੋਜ ਤੋਂ ਲੈ ਕੇ ਅੱਜ ਇਲੈਕਟ੍ਰੋਨਿਕ ਰੂਪ ਦੇ ਅੰਦਰ ਜੀ ਰਹੇ ਹਾਂ ਤਾਂ ਇਹ ਸਾਰਾ ਸਿਸਟਮ ਵਿੱਚ ਜੋ ਸਿਸਟਮ ਦੇ ਵਿੱਚ ਹੈ ਨੇਮ ਦੇ ਅੰਦਰ ਹੀ ਖੋਜਾਂ ਹੋਈਆਂ ਹਨ ਨਾ ਨੇਮ ਤੋਂ ਬਾਹਰ ਕੁਝ ਹੋਇਆ ਹਾਂ ਨੇਮਾ ਤੋਂ ਬਾਹਰ ਅਸੀਂ ਧਾਰਮਿਕ ਲੋਕਾਂ ਨੇ ਕਹਾਣੀਆਂ ਘੜ ਲਈਆਂ ਨੇ ਕਿ ਕੋਈ ઋષਿ ਸਮੁੰਦਰ ਪੀ ਗਿਆ ਤੇ ਉਹਨੇ ਪਿਸ਼ਾਬ ਕਰਕੇ ਸਮੁੰਦਰ ਕੱਢ ਦਿੱਤਾ ਇਹ ਸਾਡੀਆਂ ਘੜੀਆਂ ਹੋਈਆਂ ਕਹਾਣੀਆਂ ਨੇ ਕਰਾਮਾਤਾਂ ਦੀਆਂ ਕਹਾਣੀਆਂ ਸਾਡੀਆਂ ਨੇ ਔਰ ਕਹਾਣੀਆਂ ਨੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ ਹੈ ਹਾਂ ਇਹ ਸਾਡੀ ਪ੍ਰੋਬਲਮ ਹੈ ਕਿ ਅਸੀਂ ਮੰਨ ਲਿਆ ਹੈ ਕਿ ਫੁਲਾ ਬਾਬੇ ਨੇ ਵਰ ਦਿੱਤਾ ਤੇ ਉਹਨਾਂ ਦੇ ਘਰ ਮੁੰਡਾ ਹੋ ਗਿਆ ਸੇਬ ਨਾਲ ਮੁੰਡਾ ਹੋ ਗਿਆ ਤੇ ਕਿਸੇ ਵਸੰਤਰਿਆਂ ਤੋਂ ਹੋ ਗਿਆ ਇਹ ਇਹ ਘੜੀਆਂ ਹੋਈਆਂ ਕਹਾਣੀਆਂ ਨੇ ਹੁੰਦਾ ਨਹੀਂ ਐਸਾ ਜੇ ਐਵੇਂ ਹੁੰਦਾ ਤੇ ਸੇਵਾ ਦੇ ਪੇਡਾਂ ਦੇ ਨਾਲ ਬਾਬਿਆਂ ਦੇ ਪੇਡਾਂ ਨਾਲ ਤੇ ਮੁੰਡੇ ਹੀ ਲੱਗੇ ਹੋਣੇ ਸਨ ਇੱਕ ਦੇ ਹੋਣੇ ਸਨ ਮੁੰਡੇ ਵੀ ਜਿੰਨੇ ਮਰਜ਼ੀ ਤੋੜ ਲਿਓ ਐਵੇਂ ਨਹੀਂ ਹੁੰਦਾ ਕੁਝ ਵੀ ਔਰ ਕਹੋ ਕਿ ਨਾ ਕਛਕਰਾ ਗੁਰੂ ਜੀ ਕਹਿੰਦੇ ਨੇ ਹੋਰ ਦੱਸੋ ਰੱਬੀ ਹੁਕਮ ਤੋਂ ਬਾਹਰ ਕਿਸੇ ਨੇ ਕੁਝ ਕੀਤਾ ਜਾਂ ਕੋਈ ਕਰ ਰਿਹਾ ਜਾਂ ਕੋਈ ਕਰ ਸਕਦਾ ਹੈ ਨਹੀਂ ਕਰ ਸਕਦਾ ਅਗਲਾ ਵਚਨ ਕਰਦੇ ਨੇ ਆਪ ਭਲਾ ਕਰਤੂਤ ਅਤ ਨੀਕੀ ਨੀਕੀ ਦਾ ਮਤਲਬ ਨੀਵਾ ਵੀ ਛੋਟਾ ਵੀ ਹੁੰਦਾ ਜਿਵੇਂ ਨੀਕੀ ਕੀਰੀ ਮਹਿਕਲ ਰੱਖ ਹੈ ਪਰ ਇੱਥੇ ਨੀਕੀ ਦਾ ਮਤਲਬ ਹੈ ਸੁੰਦਰ ਚੰਗੀ ਜੇ ਪ੍ਰਸਾਦ ਤੇਰੀ ਨੀਕੀ ਜਾਤ ਉਹ ਤੇ ਨੀਕੀ ਦਾ ਮਤਲਬ ਹੈ ਚੰਗੀ ਇੱਥੇ ਵੀ ਨੀਕੀ ਦਾ ਮਤਲਬ ਚੰਗੀ ਤੇ ਕਰਤੂਤ ਦਾ ਮਤਲਬ ਹੈ ਕੰਮ ਕਰਨੀ ਕਰਤੂਤ ਦਾ ਮਤਲਬ ਕੰਮ ਕਰਣੀ ਆਪ ਭਲਾ ਰੱਬ ਆਪ ਵੀ ਚੰਗਾ ਹੈ ਕਰਤੂਤ ਅਤਨੇ ਕੀ ਤੇ ਉਹਦੀ ਜੋ ਕਰਨੀ ਹੈ ਉਹ ਵੀ અત્યੰਤ ਚੰਗੀ ਹੈ ਕਿਉਂਕਿ ਚੰਗੇ ਤੋਂ ਮਾੜਾ ਕੰਮ ਹੁੰਦਾ ਹੀ ਨਹੀਂ ਨਾ ਚੰਗਾ ਬੰਦਾ ਮਾੜਾ ਕੰਮ ਕਰੇਗਾ ਹੀ ਨਹੀਂ ਉਹ ਚੰਗਾ ਹੀ ਕਹਾਦਾ ਹੋਇਆ ਜੇ ਉੱਤੇ ਕੋਈ ਬੁਰਾਈ ਹੋਣੀ ਹੈ ਤਾਂ ਰੱਬ ਆਪ ਭਲਾ ਹੈ ਤੇ ਉਹਦੀ ਕਰਨੀ ਬੜੀ ਚੰਗੀ ਹੈ ਹੁਣ ਦੇਖੋ ਜਿਹੜਾ ਰੱਬ ਦੇ ਵਿੱਚ ਜੁੜ ਜਾਏਗਾ ਉਹ ਵੀ ਭਲਾ ਹੋ ਜਾਏਗਾ ਜੇ ਹੁਣ ਸਾਨੂੰ ਇਸ ਚੀਜ਼ ਦੀ ਸਮਝ ਆ ਜਾਏ ਨਾ ਕਿ ਮੈਂ ਰੱਬ ਦਾ ਇੱਕ ਹੰਗਾ ਮੇਰੇ ਅੰਦਰ ਰੱਬ ਹੈ ਤਾਂ ਹਕੀਕਤ ਹੈ ਕਿ ਮੇਰੇ ਅੰਦਰ ਚੰਗਿਆਈਆਂ ਮੌਜੂਦ ਨੇ ਗੁਣ ਮੌਜੂਦ ਨੇ ਬਸ ਮੈਂ ਉਹਨਾਂ ਗੁਣਾਂ ਨੂੰ ਪ੍ਰਗਟ ਕਰਨਾ ਹੈ ਯੂਜ਼ ਕਰਨਾ ਹੈ ਮੇਰੀਆਂ ਕਰਤੂਤਾਂ ਚੰਗੀਆਂ ਹੋ ਜਾਣਗੀਆਂ ਕਰਤੂਤ ਦਾ ਮਤਲਬ ਕਰਨੀ ਚੰਗੀ ਹੋ ਜਾਏਗੀ ਕੰਮ ਚੰਗੇ ਹੋ ਜਾਣਗੇ ਪ੍ਰਭ ਆਪ ਚੰਗੇ ਉਹਦੀ ਕਰਨੀ ਬੜੀ ਚੰਗੀ ਹੈ ਆਪੇ ਜਾਣਨਾ ਹੈ ਜਾਨਨੇ ਨਹੀਂ ਪੜਨਾ ਜਾਨਣਾ ਆਪੇ ਜਾਨਣਾ ਆਪਣੇ ਜੀ ਕੀ ਜੀ ਦਾ ਮਤਲਬ ਦਿਲ ਉਹਦੇ ਮਨ ਵਿੱਚ ਕੀ ਹੈ ਉਹ ਆਪਣੇ ਦਿਲ ਦੀ ਆਪ ਜਾਣਦਾ ਹੈ ਭਾਵ ਕਿ ਉਹਦਾ ਭੇਤ ਨਹੀਂ ਪਾਇਆ ਜਾਂਦਾ ਉਹਦਾ ਅੰਤ ਨਹੀਂ ਪਾਇਆ ਜਾਂਦਾ ਉਹ ਆਪਣੇ ਬਾਰੇ ਆਪਣੀ ਸਮਗਰਤਾ ਬਾਰੇ ਆਪ ਜਾਣਦਾ ਹੈ ਕਿ ਇਹ ਵਿਸ਼ਵ ਕਿੰਨਾ ਵੱਡਾ ਹੈ ਇਹਦੇ ਅੰਦਰ ਕੀ ਕੁਝ ਹੈ ਕਿੰਨਾ ਇਤਿਹਾਸ ਗੰਗਾ ਮੰਨੇ ਕਿਥੋਂ ਤੱਕ ਇਸ ਸੰਸਾਰ ਫੈਲਿਆ ਹੈ ਕਿੰਨੇ ਜੀਵ ਜੰਤ ਨੇ ਕਿ ਇਹ ਸਾਰਾ ਸਿਸਟਮ ਹੈ ਇਹਦਾ ਅੰਤ ਨਹੀਂ ਪਾਇਆ ਜਾਂਦਾ ਇਹਦੇ ਬਾਰੇ ਉਹ ਆਪ ਜਾਣਦਾ ਸੁਣ ਵੱਡਾ ਆਖੇ ਸਭ ਕੋਈ ਕੇਵਡ ਵੱਡਾ ਡੀਠਾ ਹੋਏ ਸੁਣ ਸੁਣ ਕੇ ਸਾਰੇ ਕਹਿੰਦੇ ਨੇ ਵੱਡਾ ਹੈ ਵੱਡਾ ਹੈ ਹੈ ਵੱਡਾ ਪਰ ਕੇਵਡ ਵੱਡਾ ਕਿੱਦਾਂ ਵੱਡਾ ਹੈ ਡੀਠਾ ਹੋਏ ਕੋਈ ਤਾਂ ਦੱਸ ਸਕਦਾ ਜੇ ਉਹਨੇ ਵੇਖਿਆ ਹੋਵੇ ਜੇ ਉਹਦੇ ਅੰਤ ਨੂੰ ਜਾਣਿਆ ਹੋਵੇ ਤਾਂ ਉਹ ਆਪਣਾ ਭੇਤ ਆਪ ਜਾਣਦਾ ਆ ਆਪ ਸਾਚ ਧਾਰੀ ਸਭ ਸਾਚ ਸਾਚ ਦਾ ਮਤਲਬ ਸੱਚਾ ਹੋਣ ਵਾਲਾ ਧਾਰੀ ਦਾ ਮਤਲਬ ਧਾਰਨ ਕੀਤੀ ਹੋਈ ਸਭ ਦਾ ਮਤਲਬ ਸਾਰੀ ਰਚਨਾ ਉਹ ਖੁਦ ਸੱਚਾ ਹੈ ਕਿ ਉਹਦੀ ਹਰ ਵਸਤੂ ਜੋ ਨੇ ਟਿਕਾਈ ਹੋਈ ਹੈ ਸੱਚੀ ਹੈ ਉਹਦੀ ਰਚਨਾ ਸੱਚੀ ਹੈ ਆਪ ਹਸਪੀ ਵਾਲਾ ਤੇ ਸਾਰੀ ਰਚਨਾ ਜੋ ਉਹਦੇ ਆਸਰੇ ਹੈ ਉਹ ਸੱਚੀ ਹੈ ਯਾਨੀ ਉਕਾਈ ਤੋਂ ਰਹਤੇ ਹੈ ਸੱਚੀ ਦਾ ਮਤਲਬ ਉਹਦੇ ਵਿੱਚ ਕੋਈ ਉਕਾਈ ਨਹੀਂ ਹੈ ਪਰੰਪੂ ਲਿਖਾ ਨਹੀਂ ਹੈ ਅਸੀਂ ਕਈ ਵਾਰ ਕਹਿ ਦਿੰਨੇ ਹਾਂ ਨਾ ਕਿ ਆ ਸ਼ੈ ਉਹਨੇ ਸਾਨੂੰ ਕਹੀ ਸੀ ਆ ਫੋਨ ਦਿੱਤਾ ਸੀ ਸੈਮਸੰਗ ਦਾ ਪਰ ਉਹਨੇ ਇਹਦੀ ਬਾਡੀ ਚੇਂਜ ਕੀਤੀ ਹੋਈ ਹੈ ਅੰਦਰ ਤੇ ਹੋਰ ਇਤਬਾਰ ਹੋ ਰੱਬ ਦੀ ਰਚਨਾ ਐਵੇਂ ਨਹੀਂ ਹੈ ਉਹਦੇ ਵਿੱਚ ਕੋਈ ਉਕਾਈ ਨਹੀਂ ਹੈ ਉਹ ਸਾਰੀ ਸੱਚੀ ਹੈ ਆਪ ਹੀ ਸੱਚਾ ਹੈ ਉਕਾਈ ਤੋਂ ਰਹਿਤ ਹੈ ਉਹਦੀ ਰਚਨਾ ਵੀ ਸੱਚੀ ਹੈ ਉਕਾਈ ਤੋਂ ਰਹਿਤ ਹੈ ਜਦੋਂ ਰਚਨਾ ਸੱਚੀ ਹੈ ਆਪ ਸੱਚਾ ਹੈ ਉਕਾਈ ਤੋਂ ਰਹਿਤ ਹੈ ਤਾਂ ਸਾਨੂੰ ਵੀ ਸੱਚ ਦੇ ਨਾਲ ਜੁੜਨਾ ਚਾਹੀਦਾ ਹੈ ਜਦੋਂ ਅਸੀਂ ਵੀ ਸੱਚ ਨੂੰ ਸਮਝਾਂਗੇ ਸਾਡੇ ਜੀਵਨ ਚੋਂ ਉਕਾਈਆਂ ਖਤਮ ਹੁੰਦੀਆਂ ਜਾਣਗੀਆਂ ਔਰ ਅਸੀਂ ਵੀ ਸੱਚ ਦੇ ਨਾਲ ਜੁੜ ਸਕਦੇ ਆ ਉਹ ਪੋਤ ਆਪਨ ਸੰਗ ਰਾਜ ਉਹ ਪੋਤ ਦਾ ਮਤਲਬ ਤਾਣਾ ਪੇਟਾ ਆਪਨ ਸੰਗ ਦਾ ਮਤਲਬ ਆਪਣੇ ਨਾਲ ਉਹ ਵੀ ਹੋਣ ਵਾਲੀ ਰਚਨਾ ਜਿਹੜੀ ਹੈ ਨਾ ਭਰਮ ਨਹੀਂ ਹੈ ਤਾਣੇ ਪੇਟੇ ਵਾਂਗ ਉਹਨੇ ਆਪਣੇ ਨਾਲ ਮਿਲਾਈ ਹੋਈ ਹੈ ਜਿਹੜੀ ਰੱਬ ਦੀ ਰਚਨਾ ਹੈ ਨਾ ਆਪ ਸੱਚ ਧਾਰੀ ਸਭ ਸੱਚ ਉਹ ਪੋਤ ਆਪਨ ਸੰਗ ਰਾਜ ਇਹ ਰਚਨਾ ਦੇ ਅੰਦਰ ਤਾਣੇ ਪੇਟੇ ਦੀ ਤਰ੍ਹਾਂ ਸਮਾਇਆ ਹੋਇਆ ਹੈ ਰਚਨਾ ਰੱਬ ਤੋਂ ਵੱਖਰੀ ਨਹੀਂ ਹੈ ਜਿਵੇਂ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਨਾ ਕਿ ਆ ਕਪੜਾ ਜਦੋਂ ਬਣਾਇਆ ਜਾਂਦਾ ਤਾਂ ਪਹਿਲਾਂ ਤਾਣਾ ਤਣਿਆ ਜਾਂਦਾ ਨੇ ਇੱਕ ਸਾਈਡ ਦਾ ਫਿਰ ਉਹਦੇ ਵਿੱਚ ਦੂਜੀ ਸਾਈਡ ਤੋਂ ਧਾਗੇ ਪਾਏ ਜਾਂਦੇ ਨੇ ਤੇ ਜਦੋਂ ਮਿਲ ਜਾਂਦਾ ਤੇ ਕਪੜਾ ਬਣ ਜਾਂਦਾ ਫਿਰ ਨਹੀਂ ਨਾ ਪਤਾ ਲੱਗਦਾ ਵੀ ਤਾਣਾ ਕਿੱਧਰ ਦਾ ਤੇ ਪੀਤਾ ਤਾਂ ਹੀ ਉਹ ਜਦੋਂ ਦੋਵੇਂ ਇੱਕ ਹੋ ਜਾਂਦੇ ਨੇ ਤੇ ਕਪੜਾ ਬਣਦਾ ਇਸੇ ਤਰ੍ਹਾਂ ਰੱਬ ਉਹ ਰੱਬ ਦੀ ਰਚਨਾ ਤਾਣੇ ਪੇਟੇ ਦੀ ਤਰ੍ਹਾਂ ਮਿਲੇ ਹੋਏ ਨੇ ਤਾਣੇ ਵਿੱਚ ਵੀ ਧਾਗਾ ਹੁੰਦਾ ਤੇ ਪੇਟੇ ਵਿੱਚ ਵੀ ਧਾਗਾ ਹੀ ਹੁੰਦਾ ਹੈ ਹੈ ਦੋਵੇਂ ਇੱਕ ਪਾਤ ਹੀ ਬਣੇ ਨੇ ਧਾਗਾ ਹੀ ਹੈ ਨਾ ਇਸੇ ਤਰ੍ਹਾਂ ਇਹ ਸਾਰੀ ਸ੍ਰਿਸ਼ਟੀ ਵਿੱਚ ਉਹ ਤਾਣੇ ਪੇਟੇ ਦੀ ਤਰ੍ਹਾਂ ਸਮਾਇਆ ਹੋਇਆ ਹੈ ਯਾਨੀ ਰੱਬ ਤੋਂ ਇਲਾਵਾ ਇਸ ਦੁਨੀਆਂ ਵਿੱਚ ਕੁਝ ਵੀ ਨਹੀਂ ਹੈ ਜਿਵੇਂ ਤਾਣੇ ਵਿੱਚ ਵੀ ਧਾਗਾ ਤੇ ਪੇਟੇ ਵਿੱਚ ਵੀ ਧਾਗਾ ਹੈ ਤੇ ਧਾਗਾ ਹੀ ਨਾ ਐਵੇਂ ਨਿਰਾਕਾਰ ਤੇ ਸਾਕਾਰ ਉਹ ਇੱਕੋ ਹੀ ਨੇ ਸਾਰਿਆਂ ਦੇ ਅੰਦਰ ਉਹ ਤਾਣੇ ਪੇਟੇ ਦੀ ਤਰ੍ਹਾਂ ਸਮਾਇਆ ਹੋਇਆ ਹੈ ਜੇ ਇਹ ਗੱਲ ਸਾਨੂੰ ਸਮਝ ਆ ਜਾਏ ਜਿੰਨੇ ਵੀ ਧਾਰਮਿਕ ਲੋਗ ਨੇ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ ਤਾਂ ਇਹ ਦੁਨੀਆ ਕਿੰਨੀ ਸੁਹਾਵਣੀ ਹੋ ਜਾਏਗੀ ਕਿ ਮੇਰੇ ਔਰ ਤੁਹਾਡੇ ਵਿੱਚ ਉਹ ਤਾਣੇ ਪੇਟੇ ਦੀ ਤਰ੍ਹਾਂ ਸਮਾਇਆ ਹੋਇਆ ਹੈ ਤਾਂ ਫਿਰ ਸਾਡੇ ਸੁੱਖ ਦੁੱਖ ਵੀ ਤਾਣੇ ਪੇਟੇ ਦੀ ਤਰ੍ਹਾਂ ਇਕੱਠੇ ਹੋ ਜਾਣਗੇ ਨਾ ਫਿਰ ਦੇ ਮੇਰੀ ਜ਼ਿੰਦਗੀ ਵਿੱਚ ਕੋਈ ਦੁੱਖ ਹੈ ਤੇ ਉਹਨੂੰ ਤੁਸੀਂ ਆਪਣਾ ਦੁੱਖ ਮਹਿਸੂਸ ਕਰੋਗੇ ਮੇਰੀ ਪ੍ਰੋਬਲਮ ਨੂੰ ਆਪਣੀ ਪ੍ਰੋਬਲਮ ਮਹਿਸੂਸ ਕਰੋਗੇ ਤੁਹਾਡਾ ਕੋਈ ਦੁੱਖ ਹੈ ਤੇ ਉਹਨੂੰ ਮੈਂ ਆਪਣਾ ਦੁੱਖ ਮਹਿਸੂਸ ਕਰਾਂਗਾ ਤੁਹਾਡੀ ਪ੍ਰੋਬਲਮ ਨੂੰ ਆਪਣੀ ਪ੍ਰੋਬਲਮ ਮਹਿਸੂਸ ਕਰਾਂਗਾ ਤੁਹਾਡੀ ਖੁਸ਼ੀ ਨੂੰ ਆਪਣੀ ਖੁਸ਼ੀ ਤੁਸੀਂ ਮੇਰੀ ਖੁਸ਼ੀ ਨੂੰ ਆਪਣੀ ਖੁਸ਼ੀ ਤਾਂ ਜਦੋਂ ਬੰਦੇ ਦੀਆਂ ਖੁਸ਼ੀਆਂ ਗਮੀਆਂ ਇਹ ਸਾਰਾ ਕੁਝ ਸਾਂਝਾ ਹੋ ਜਾਏ ਅਸੀਂ ਐਸ ਤਰ੍ਹਾਂ ਨਾਲ ਇੱਕ ਦੂਜੇ ਨਾਲ ਜੁੜ ਜਾਈਏ ਤਾਂ ਸੰਸਾਰ ਦੇ ਵਿੱਚ ਕੋਈ ਪ੍ਰੋਬਲਮ ਹੈ ਨਹੀਂ ਹੈ ਪਰ ਪ੍ਰੋਬਲਮ ਹੁਣ ਬੰਦੇ ਦੀ ਸੋਚ ਦੀ ਹੈ ਨਾ ਇਹੋ ਜੀ ਸੋਚ ਬੰਦੇ ਨੇ ਸਾਰੀ ਦੁਨੀਆ ਵਾਸਤੇ ਤਾਂ ਕੀ ਬਣਾਣੀ ਸੀ ਤੇ ਆਪਣੇ ਪਰਿਵਾਰ ਨਾਲ ਵੀ ਨਹੀਂ ਬਣਾ ਸਕਿਆ ਆਪਣੇ ਘਰ ਦੇ ਜੀਹਾਂ ਨਾਲ ਪਤੀ ਪਤਨੀ ਮਾਪੇ ਬੱਚੇ ਜਿੰਨੇ ਵੀ 5-7 ਮੈਂਬਰ ਨੇ ਇੰਨੇ ਕੁ ਵੀ ਤਾਣੇ ਪੇਟੇ ਦੀ ਤਰ੍ਹਾਂ ਨਹੀਂ ਰਹਿ ਸਕੇ ਇੱਥੇ ਵੀ ਵਿਖਰਾਵ ਆ ਗਿਆ ਖਿੰਡਾਵ ਆ ਗਿਆ ਨਾਨਕੇ ਦਾਦਕੇ ਸਹੁਰੇ ਇੱਥੇ ਵੀ ਤਾਣੇ ਪੇਟੇ ਦੀ ਤਰ੍ਹਾਂ ਨਹੀਂ ਰਹਿ ਸਕੇ ਸੱਜਣ ਮਿੱਤਰ ਵੀ ਤਾਣੇ ਪੇਟੇ ਦੀ ਤਰ੍ਹਾਂ ਨਹੀਂ ਨਾ ਰਹਿ ਪਾਏ ਤਾਂ ਪ੍ਰੋਬਲਮ ਕਿਦੀ ਹੈ ਪ੍ਰੋਬਲਮ ਸਾਡੀ ਸੋਚ ਦੀ ਹੈ ਗੁਰਬਾਣੀ ਸਾਡੀ ਸੋਚ ਨੂੰ ਇੰਨਾ ਵਿਸ਼ਾਲ ਕਰਨਾ ਚਾਹੁੰਦੀ ਹੈ ਤੇ ਜ਼ਰੂਰਤ ਹੈ ਨਾ ਚੀਜ਼ਾਂ ਨੂੰ ਸਮਝ ਕੇ ਅਮਲ ਕਰਨ ਦੀ ਜੇ ਵਾਸਤਵ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪਿਆਰ ਨਾਲ ਪੜਿਆ ਜਾਏ ਨਾ ਪਿਆਰ ਨਾਲ ਔਰ ਪਿਆਰ ਦੇ ਨਾਲ ਵਿਚਾਰਿਆ ਜਾਏ ਜਿਵੇਂ ਅਸੀਂ ਕਲਾਸ ਵਿੱਚ ਵਿਚਾਰ ਰਹੇ ਹਾਂ ਇਥੇ ਤੁਮ ਸਾਨੂੰ ਸਵਾਲ ਜਵਾਬ ਕਰਨ ਦਾ ਮੌਕਾ ਹੁੰਦਾ ਨਾ ਕਥਾ ਤਾਂ ਮੈਂ ਗੁਰਦੁਆਰਾ ਸਭ ਕਥਾ ਕਰਕੇ ਚਲਾ ਗਿਆ ਤਾਂ ਤੁਹਾਡੇ ਕੋਲ ਮੌਕਾ ਨਹੀਂ ਹੈ ਸਵਾਲ ਕਰਨ ਦਾ ਮੈਂ ਤੁਹਾਡੇ ਜਵਾਬ ਨਹੀਂ ਦਵਾਗਾ ਲੇਕਿਨ ਇਹ ਅਸੀਂ ਇੱਕ ਦੂਦੇ ਨਾਲ ਗੱਲਬਾਤ ਕਰ ਸਕਦੇ ਆ ਪੁੱਛ ਸਕਦੇ ਆ ਸਾਡੇ ਸ਼ੰਕੇ ਦੂਰ ਹੋ ਸਕਦੇ ਨੇ ਕੁਝ ਮੇਰੀ ਸ਼ੰਕੇ ਨੇ ਤੁਹਾਡੇ ਕੋਲੋਂ ਮੈਨੂੰ ਗਿਆਨ ਮਿਲੇਗਾ ਕੁਝ ਤੁਹਾਡੇ ਸ਼ੰਕੇ ਨੇ ਮੇਰੇ ਕੋਲੋਂ ਤਾਂ ਸਾਡੇ ਅੰਦਰ ਇੱਕ ਸੁਰਤਾ ਆਏਗੀ ਨਾ ਕਿ ਅਸੀਂ ਐਵੇਂ ਦੀ ਜ਼ਿੰਦਗੀ ਜੀਣੀ ਹੈ ਕੋਸ਼ ਅਸੀਂ ਇਸ ਢੰਗ ਦੇ ਨਾਲ ਪਾਵਨ ਬਾਣੀ ਨੂੰ ਪੜ੍ਹਦੇ ਇਸ ਤਰੀਕੇ ਨਾਲ ਕਲਾਸਾਂ ਦੇ ਵਿੱਚ ਅਸੀਂ ਵਿਚਾਰ ਕਰਦੇ ਪਰਿਵਾਰਾਂ ਦੇ ਵਿੱਚ ਬੈਠ ਕੇ ਵਿਚਾਰ ਕਰਦੇ ਤਾਂ ਅੱਜ ਸਾਡੀ ਜ਼ਿੰਦਗੀ ਕੋਈ ਸ਼ੋਰ ਹੋਣੀ ਸੀ ਪਰ ਫਿਰ ਵੀ ਚਲੋ ਡੁੱਲੇ ਬੇਰਾਂ ਦਾ ਕੁਝ ਨਹੀਂ ਵਿੰਗੜਿਆ ਪੰਜਾਬੀ ਦੀ ਕਹਾਵਤ ਹੈ ਜੋ ਹੁਣ ਬਚਿਆ ਹੈ ਜੇ ਉਹਨੂੰ ਵੀ ਅਸੀਂ ਬਚਾ ਲਈਏ ਜੋ ਸਾਡੀ ਬਾਕੀ ਦੀ ਜ਼ਿੰਦਗੀ ਹੈ ਜੇ ਇਸ ਜ਼ਿੰਦਗੀ ਦੇ ਵਿੱਚ ਵੀ ਅਸੀਂ ਕੁਝ ਕਰ ਸਕੀਏ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਆਪਣੀ ਜ਼ਿੰਦਗੀ ਜੀਣ ਲਈ ਤਾਂ ਵੀ ਅਸੀਂ ਰੱਬ ਦੀ ਰਹਿਮਤ ਦੇ ਪਾਤਰਾਂ ਤਾਂ ਵੀ ਸਾਡਾ ਜੀਵਨ ਸਫਲਾ ਮੰਨਿਆ ਜਾਏਗਾ। ਤਾਂਕੀ ਗਤਮਿਤ ਕਹੀ ਨਾ ਜਾਏ। ਮਿਤ ਦਾ ਮਤਲਬ ਹੈ ਮਿੰਤੀ। ਗਤ ਦਾ ਮਤਲਬ ਉੱਚੀ ਅਵਸਥਾ। ਉਹ ਪ੍ਰਭੂ ਕਿਹੋ ਜਿਹਾ ਹੈ ਔਰ ਕਿੰਨਾ ਵੱਡਾ ਹੈ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ। ਹੁਣ ਇਹਦਾ ਮਤਲਬ ਇਹ ਨਹੀਂ ਕਿ ਬਿਆਨ ਕੀਤੀ ਨਹੀਂ ਜਾ ਸਕਦੀ ਕਹੀ ਨਹੀਂ ਜਾ ਸਕਦੀ ਕਿਉਂਕਿ ਜੇ ਕਹੀ ਜਾ ਸਕਦੀ ਹੈ ਤਾਂ ਹੀ ਗੁਰਬਾਣੀ ਵਿੱਚ ਕਿਹਾ ਹੈ ਨਾ ਤਾਂ ਹੀ ਅਸੀਂ ਵੀ ਵਿਚਾਰ ਕਰ ਰਹੇ ਹਾਂ ਹੁਣ ਇਹਦਾ ਭਾਵ ਇਹ ਹੈ ਕਿ ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ ਤਾਂਕਿ ਗਾਤਮਿਤ ਕਹੀ ਨਾ ਜਾਏ ਦਾ ਮਤਲਬ ਉਹਦਾ ਅੰਤ ਨਹੀਂ ਜਾਣਿਆ ਜਾ ਸਕਦਾ ਕਦੇ ਵੀ ਅੰਤ ਨਹੀਂ ਜਾਣਿਆ ਜਾਏਗਾ ਕਿਉਂਕਿ ਅਨੰਤ ਹੈ ਕਿੰਨਾ ਉੱਚਾ ਹੈ ਕਿੰਨੀ ਉੱਚੀ ਸੋਚ ਹੈ ਕਿੰਨਾ ਮਹਾਨ ਹੈ ਉਹਦੀ ਕੋਈ ਗਿਣਤੀ ਮਿੰਤੀ ਗੁਣਾ ਦੀ ਨਹੀਂ ਹੈ ਤਾਂ ਇਥੋਂ ਸਾਨੂੰ ਇੱਕ ਪੋਜੀਟਿਵ ਸੋਚ ਮਿਲ ਰਹੀ ਹੈ ਕਿ ਜਿਹੜਾ ਅਨੰਤ ਹੈ ਜਿਹਦੀ ਉੱਚੀ ਅਵਸਥਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਸੀਂ ਉਹਦਾ ਰੂਪ ਆ ਇਹ ਚੀਜ਼ ਨਾਲ ਜੋੜ ਕੇ ਇਹਨੂੰ ਸਮਝਣ ਦੀ ਟਰਾਈ ਕਰੋ ਅਸੀਂ ਉਹਦਾ ਰੂਪ ਆ ਅਸੀਂ ਉਹਦਾ ਇੱਕ ਅੰਗ ਹਾਂ ਸਗਲ ਸਮਗਰੀ ਜਾਕਾ ਤਨਾ ਜਿਹਦਾ ਇਹ ਸਾਰਾ ਸਰੀਰ ਹੈ ਨਾ ਅਸੀਂ ਉਹਦੇ ਸਰੀਰ ਦਾ ਇੱਕ ਅੰਗ ਆ ਸਾਡੇ ਅੰਦਰ ਪੌਸਿਬਿਲਟੀਜ਼ ਨੇ ਬਹੁਤ ਵੱਡੇ ਹੋ ਜਾਂਦੀਆਂ ਸਾਡੇ ਵਿੱਚ ਪੌਸਿਬਿਲਟੀ ਹੈ ਕਿ ਅਸੀਂ ਆਪਣੀ ਸੋਚ ਨੂੰ ਬੜਾ ਉੱਚਾ ਕਰ ਸਕਦੇ ਹਾਂ ਇਹ ਪੌਸਿਬਿਲਟੀ ਹੈ ਜੇ ਚਾਹੀਏ ਤਾਂ ਚਾਹੀਏ ਤਾਂ ਸਿਰਖਦ ਵੇ ਛੜ ਸਕਦੇ ਹਾਂ ਅਸੀਂ ਪਿਆਰ ਵਾਲੀ ਜ਼ਿੰਦਗੀ ਜੀ ਸਕਦੇ ਹਾਂ ਚਾਹੀਏ ਤਾਂ ਅਸੀਂ ਨਿਰੋਲ ਸੱਚ ਦੇ ਨਾਲ ਜੁੜ ਸਕਦੇ ਹਾਂ ਚਾਹੀਏ ਤਾਂ ਅਸੀਂ ਸਾਰੇ ਵੀਰ ਭੈਣਾ ਇੱਕ ਦੂਜੇ ਦੀ ਇੱਜ਼ਤ ਬੇਇੱਜ਼ਤੀ ਨੂੰ ਆਪਣੀ ਸਾਂਝੀ ਇੱਜ਼ਤ ਬੇਇੱਜ਼ਤੀ ਸਮਝ ਸਕਦੇ ਆਂ ਭਾਵ ਕਿ ਇੱਕ ਦੂਜੇ ਦੇ ਦੁੱਖ ਸੁੱਖ ਅੰਦਰ ਸ਼ਾਮਲ ਹੋ ਸਕਦੇ ਆਂ ਚਾਹੀਏ ਤਾਂ ਸਿੱਖ ਦੂਜੇ ਦਾ ਵਿਕਾਸ ਕਰ ਸਕਦੇ ਆਂ ਸਾਡੇ ਅੰਦਰ ਬਹੁਤ ਵੱਡੀਆਂ ਸੰਭਾਵਨਾਵਾਂ ਨੇ ਤਾਂ ਕਿ ਗਤਮਿਤ کہیں ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਹੁੰਦੇ ਕੋ ਦੀ ਗਤਮਿਤ ਕਹੀ ਕਿਉਂ ਨਹੀਂ ਜਾਂਦੀ ਜੇਕਰ ਕੋਈ ਦੂਜਾ ਉਹਦੇ ਵਰਗਾ ਹੋਵੇ ਤਾਂ ਉਹਨੂੰ ਸਮਝ ਸਕੇ ਪਹਿਲੀ ਗੱਲ ਜੇ ਕੋਈ ਦੂਜਾ ਉਹ ਦੇ ਵਰਗਾ ਹੋਵੇ ਤਾਂ ਸਮਝੇ ਉਹ ਦੇ ਵਰਗਾ ਕੋਈ ਹੋਰ ਹੈ ਨਹੀਂ ਤੇ ਦੂਜੀ ਗੱਲ ਦੂਸਰ ਹੋਏ ਤਾਂ ਸੂਝ ਪਾਏ ਕੋਈ ਦੂਜਾ ਹੋਏ ਤੇ ਸੂਝ ਪਾਏ ਦੂਜਾ ਹੈ ਹੀ ਨਹੀਂ ਹੈ ਹੀ ਇੱਕ ਦੂਜਾ ਉਹ ਦੇ ਵਰਗਾ ਕੋਈ ਹੋਵੇ ਤਾਂ ਉਹ ਦੀ ਸੂਝ ਪਾਏ ਨਾ ਦੂਜਾ ਉਹ ਦੇ ਵਰਗਾ ਕੋਈ ਹੈ ਨਹੀਂ ਉਹ ਆਪ ਹੀ ਪਸਰਿਆ ਹੋਇਆ ਹੈ ਤਾਂ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੇ ਗੁਣਾਂ ਨੂੰ ਗਾਇਆ ਜਾ ਸਕਦਾ ਹੈ ਉਹਦੇ ਗੁਣਾਂ ਨੂੰ अपनाया जा सकता है उडी रजा ਦੇ ਅੰਦਰ ਚੱਲ ਕੇ ਅਨੰਤ ਵਿਕਾਸ ਕੀਤਾ ਜਾ ਸਕਦਾ ਹੈ। ਕਿਸ ਕਾ ਕੀਆ ਸਭ ਪਰਵਾਨ ਪ੍ਰਭੂ ਦਾ ਕੀਤਾ ਸਭ ਕੁਝ ਸਿਰ ਮੱਥੇ ਮੰਨਣਾ ਪੈਂਦਾ ਹੈ। ਸਾਰਾ ਕੁਝ ਪਰਵਾਨ ਕਰਨਾ ਪੈਂਦਾ ਹੈ। ਕਿ ਸਾਨੂੰ ਇਹ ਪਰਵਾਨ ਹੈ ਪਰ ਪਰਵਾਨ ਕਰਨਾ ਹੀ ਪਵੇਗਾ। ਜਿਵੇਂ ਤੁਸੀਂ ਦੇਖਦੇ ਹੋ ਨਾ ਕੰਪਿਊਟਰ ਤੇ ਕੋਈ ਸੌਫਟਵੇਅਰ ਡਾਊਨਲੋਡ ਕਰਨਾ ਹੋਵੇ ਕੋਈ ਐਪ ਡਾਊਨਲੋਡ ਕਰਨੀ ਹੋਵੇ ਤੋਂ ਉਹਨੇ ਆਪਣੇ ਕੁਝ ਨਿਯਮ ਬਣਾਏ ਹੁੰਦੇ ਨੇ ਤੇ ਉਥੇ ਲਿਖਿਆ ਹੁੰਦਾ ਵੀ ਤੁਸੀਂ ਐਗਰੀ ਹੋ ਇਹਦੇ ਨਾਲ ਐਗਰੀ ਦੇ ਉੱਤੇ ਕਲਿੱਕ ਕਰੋਗੇ ਤੇ ਫਿਰ ਮਤਲਬ ਉਹ ਸੌਫਟਵੇਅਰ ਡਾਊਨਲੋਡ ਹੋਏਗਾ ਜੇ ਤੁਸੀਂ ਡਿਸਐਗਰੀ ਕਰਦੇ ਹੋ ਤੇ ਸੌਫਟਵੇਅਰ ਡਾਊਨਲੋਡ ਹੋਣਾ ਹੀ ਨਹੀਂ ਉਹ ਤੁਹਾਨੂੰ ਮੰਨਣਾ ਹੀ ਪੈਣਾ ਜੇ ਕੋਈ ਸੌਫਟਵੇਅਰ ਡਾਊਨਲੋਡ ਕਰਨਾ ਹੈ ਤਾਂ ਉਹ ਐਗਰੀ ਹੋਣਾ ਹੀ ਪੈਣਾ ਹੈ ਤਾਂ ਰੱਬ ਦੀ ਇਹ ਜਿਹੜੀ ਦੁਨੀਆ ਹੈ ਨਾ ਰੱਬ ਦੇ ਅੰਦਰ ਹੈ ਦੁਨੀਆ ਦੇ ਅੰਦਰ ਜੋ ਕੁਝ ਚੱਲ ਰਿਹਾ ਹੈ ਕੁਦਰਤ ਦੇ ਜੋ ਨਿਯਮ ਨੇ ਮਨੁੱਖੀ ਵਰਤਾਰੇ ਦੀ ਮੈਂ ਗੱਲ ਨਹੀਂ ਕਰਦਾ ਜੋ ਕੁਦਰਤ ਦੇ ਨਿਯਮ ਨੇ ਉਹਨਾਂ ਨੂੰ ਪਰਵਾਣ ਕਰਨਾ ਹੀ ਪੈਣਾ ਉਹਨਾਂ ਨੂੰ ਪਰਵਾਣ ਕਰਨ ਤੋਂ ਬਿਨਾ ਜੀ ਨਹੀਂ ਸਕਦੇ ਜੇ ਉਹਨਾਂ ਸੀ ਸਾਹ ਲੈ ਰਹੇ ਆ ਤਾਂ ਜੀ ਰਹੇ ਆ ਨਾ ਤੇ ਮੈਂ ਕਹਾਂ ਵੀ ਮੈਂ ਤੇ ਸਾਹ ਲੈਣ ਨੂੰ ਪਰਵਾਣ ਨਹੀਂ ਕਰਦਾ ਬਾਕੀ ਤੇ ਠੀਕ ਠਾਕ ਹੀ ਪਰ ਮੈਂ ਸਾਹ ਨਹੀਂ ਲੈਣਾ ਲੇਕਿਨ ਮੈਂ ਜਿੰਦਾ ਰਹਿਣਾ ਚਾਹੁੰਦਾ ਅਹਿਮਤਾ ਨਹੀਂ ਹੋਣਾ ਸਵਾਸਤ ਲੈਣਾ ਪੈਣਾ ਭਾਵੇਂ ਕਿਸੇ ਵੀ ਸਾਧਨ ਦੇ ਨਾਲ ਆਕਸੀਜਨ ਤਾਂ ਅੰਦਰ ਜਾਏਗੀ ਤਾਂ ਹੀ ਹੈ ਨਾ ਜੇ ਕੋਈ ਕਹੇ ਕਿ ਮੈਂ ਜ਼ਿੰਦਾ ਤੇ ਰਹਿਣਾ ਚਾਹੁੰਦਾ ਪਰ ਪਾਣੀ ਨਹੀਂ ਮੈਂ ਪੀਣਾ ਕੋਈ liquid ਚੀਜ਼ ਪਾਣੀ ਜਿਸ ਕਿਸ ਕਿਸੇ ਵੀ ਰੂਪ ਵਿੱਚ ਮੇਰੇ ਅੰਦਰ ਜਾਏ ਮੈਂ ਉਹ ਨਹੀਂ ਤਾਂ ਬੰਦਾ ਨਹੀਂ ਜੀ ਸਕੇਗਾ ਨਾ ਇਸ ਲਈ ਪ੍ਰਵਾਨ ਕਰਨਾ ਹੀ ਪੈਣਾ ਹੈ ਪਾਣੀ ਪੀਣੇ ਪੈਣਾ ਹੈ ਸਾਹ ਲੈਣਾ ਹੀ ਪੈਣਾ ਹੈ ਪ੍ਰਸ਼ਾਦਾ ਛਕਣੀ ਪੈਣਾ ਜੇ ਕੋਈ ਕਹੇ कि ਮੈਨੂੰ ਸੂਰਜ ਪ੍ਰਵਾਨ ਨਹੀਂ ਸੂਰਜ ਨੇ ਮੈਂ ਚੜਨ ਦੇਣਾ ਐਵੇਂ ਹੋ ਨਹੀਂ ਸਕਣਾ ਕਦੇ ਸੂਰਜ ਨੇ ਚੜ੍ਹਨਾ ਹੀ ਚੜ੍ਹਨਾ ਹੈ ਚੰ드ਰਮਾ ਨੇ ਆਪਣੇ ਹਿਸਾਬ ਨਾਲ ਚਮਕਣਾ ਹੀ ਹੈ ਮੌਸਮ ਇਸ ਦੁਨੀਆ ਵਿੱਚ ਬਦਲਨੇ ਹੀ ਨੇ ਧਰਤੀ ਨੇ ਸੂਰਜ ਦੇ ਚ ਫੇਰੇ ਘੁੰਮਣਾ ਹੀ ਹੈ ਇਹ ਸਾਰਾ ਵਕਤੀਰਾ ਐਵੇਂ ਹੀ ਪ੍ਰਵਾਨ ਕਰਨਾ ਹੀ ਪੈਣਾ ਤੇ ਜਿਹੜਾ ਪ੍ਰਵਾਨ ਕਰ ਲਵੇਗਾ ਉਹ ਸੁਖੀ ਔਰ ਸ਼ਾਂਤ ਹੈ ਤੇ ਜਿਹੜਾ ਰੱਬੀ ਨੇਮਾ ਨੂੰ ਕੁਦਰਤੀ ਨੇਮਾ ਨੂੰ ਪ੍ਰਵਾਨ ਨਹੀਂ ਕਰਦਾ ਉਹ ਬੰਦਾ ਦੁਖੀ ਹੋਏਗਾ ਹੀ ਹੋਏਗਾ ਹੁਣ ਜੇ ਇਹਨਾਂ ਚੀਜ਼ਾਂ ਨੂੰ ਸਮਝ ਕੇ ਕਿ ਸਾਰੀ ਸ੍ਰਿਸ਼ਟੀ ਹੁਕਮ ਦੇ ਅੰਦਰ ਚੱਲ ਰਹੀ ਹੈ ਤਾਂ ਇੱਕ ਆਇਨਾਤ ਚੱਲ ਰਹੀ ਹੈ ਤਾਂ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਕਿ ਮੈਨੂੰ ਵੀ ਨੇਮ ਵੱਧ ਹੋਣਾ ਪੈਂਦਾ ਸੂਰਜ ਦੇਖੋ ਟਾਈਮ ਨਾਲ ਛੜਦਾ ਹੈ ਨਾ ਚੰਦਰਮਾ ਟਾਈਮ ਨਾਲ ਛੜਦਾ ਹੈ ਹਰ ਚੀ ਆਪਣੇ ਟਾਈਮ ਦੀ پابੰਦ ਹੈ ਤਾਂ ਮੈਨੂੰ ਵੀ ਟਾਈਮ ਟੇਬਲ ਬਣਾਉਣਾ ਚਾਹੀਦਾ ਮੈਂ ਵੀ ਟਾਈਮ ਦਾ ਪਾਬੰਦ ਹੋਵਾਂ ਮੈਂ ਵੀ ਨੇਮਾਂ ਦੀ ਪਾਲਣਾ ਕਰਾਂ ਅੱਖਾਂ ਦੇ ਨਾਲ ਸਭ ਵਿੱਚ ਜੋਤ ਨੂੰ ਤੱਕਾਂ ਜ਼ੁਬਾਨ ਨਾਲ ਪਿਆਰੇ ਮਿੱਠੇ ਬੋਲ ਬੋਲਾਂ ਕੰਨਾਂ ਦੇ ਨਾਲ ਮੈਂ ਸੱਚ ਸੁਣਾ ਹੱਥਾਂ ਦੇ ਨਾਲ ਮੈਂ ਚੰਗੀ ਕਿਰਤ ਕਰਾਂ ਪੈਰਾਂ ਦੇ ਨਾਲ ਮੈਂ ਵੀ ਚੰਗੇ ਰਾਹਾਂ ਤੇ ਤੁਰਾਂ ਮਨਨ ਕਰਕੇ ਮੈਂ ਵੀ ਚੰਗਾ ਸੋਚਾਂ ਇਹਨੂੰ ਪ੍ਰਵਾਨ ਕਰ ਲਵਾਂ ਤਾਂ ਜ਼ਿੰਦਗੀ ਸੌਖੀ ਹੋ ਜਾਏਗੀ ਤਿਸਕਾ ਕੀਆ ਸਭ ਪ੍ਰਵਾਨ ਜੀਵਾਂ ਨੂੰ ਸਿਰ ਮੱਥੇ ਮੰਨਣਾ ਪੈਂਦਾ ਪਰ ਇਹ ਗੱਲ ਦਾ ਪਤਾ ਕਿਵੇਂ ਲੱਗਦਾ ਗੁਰੂ ਜੀ ਕਹਿੰਦੇ ਨੇ ਗੁਰ ਪ੍ਰਸਾਦ ਨਾਨਕ ਇਹ ਜਾਨ ਜਾਨ ਦਾ ਮਤਲਬ ਸਮਝ ਆਉਂਦੀ ਹੈ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਆਉਂਦੀ ਹੈ ਗੁਰੂ ਦੀ ਮਿਹਰ ਸਦਕਾ ਇਹ ਚੀਜ਼ ਨੂੰ ਜਾਣਿਆ ਜਾ ਸਕਦਾ ਹੈ ਕਿ ਗੁਰੂ ਦੀ ਮਿਹਰ ਦਾ ਮਤਲਬ ਗੁਰੂ ਦਾ ਗਿਆਨ ਗੁਰੂ ਦੇ ਦਿੱਤਾ ਹੋਇਆ ਵੇ ਆਫ ਲਾਈਫ ਗੁਰੂ ਦੀ ਰਹਿਮਤ ਦਾ ਜੋ ਪਾਤਰ ਬਣਦਾ ਹੈ ਨਾ ਜੋ ਗੁਰੂ ਤੋਂ ਗਿਆਨ ਹਾਸਲ ਕਰਦਾ ਹੈ ਉਹ ਇਹ ਚੀਜ਼ ਜਾਣ ਲੈਂਦਾ ਉਹਨੂੰ ਇਹ ਸਮਝ ਆ ਜਾਂਦੀ ਹੈ ਜੋ ਆਪਾਂ ਪਿੱਛੇ ਚੀਜ਼ਾਂ ਵਿਚਾਰੀਆਂ ਨੇ ਨਾ ਸਾਰੀਆਂ ਪੁੰਤੀਆਂ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਸਾਰਾ ਸੰਸਾਰ ਰੱਬ ਦਾ ਸ਼ਰੀਰ ਹੈ ਹਰ ਭੂਤ ਹਰ ਜੀਵ ਦੇ ਅੰਦਰ ਉਹ ਆਪ ਵਰਤ ਰਿਹਾ ਹੈ ਉਹਦਾ ਹੁਕਮ ਹੈ ਇਸ ਦੁਨੀਆ ਵਿੱਚ ਵਰਤ ਰਿਹਾ ਹੈ ਉਹਦਾ ਅੰਤ ਨਹੀਂ ਪਾਇਆ ਜਾਂਦਾ ਉਹ ਆਪ ਵੇਖਣ ਵਾਲਾ ਹੈ ਉਹ ਆਪ ਸੁਣਨ ਵਾਲਾ ਹੈ ਔਰ ਆਪ ਉਹਦੇ ਸਾਰੇ ਹੁਕਮ ਦੇ ਅੰਦਰ ਇਹ ਸੰਸਾਰ ਚੱਲ ਰਿਹਾ ਹੈ ਹੁਕਮ ਸਾਨੂੰ ਪ੍ਰਵਾਨ ਕਰਨਾ ਹੀ ਚਾਹੀਦਾ ਹੈ ਰੱਬ ਆਪ ਸੱਚਾ ਹੈ ਉਹਦੀ ਰਚਨਾ ਸੱਚੀ ਹੈ ਉਹਦੇ ਕਰਮ ਕਰਨੀ ਸੱਚੀ ਹੈ ਇਹਨਾਂ ਚੀਜ਼ਾਂ ਦੀ ਸਮਝ ਕਿੰਨੂੰ ਆਉਂਦੀ ਹੈ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਗਿਆਨ ਰਾਹੀਂ ਹੁਣ ਜੇ ਅਸੀਂ ਇਹ ਚੀਜ਼ ਨੂੰ ਸਮਝ ਲਵੀਏ ਨਾ ਗੁਰੂ ਤੋਂ ਗਿਆਨ ਲਵਿਏ ਗੁਰਬਾਣੀ ਨੂੰ ਪੜ੍ਹ ਕੇ ਇਹਨਾਂ ਚੀਜ਼ਾਂ ਨੂੰ ਸਮਝੀਏ ਤਾਂ ਹਕੀਕਤ ਹੈ ਕਿ ਸਾਡੀ ਸੋਚ ਕਿੰਨੀ ਡਿਵੈਲਪ ਹੋ ਜਾਏਗੀ ਪਰ ਅਸੀਂ ਜੋ ਸਾਡੀ ਪ੍ਰੋਬਲਮ ਹੈ ਆਮ ਬੰਦੇ ਦੀ ਉਹ ਫਿਰ ਇਥੇ ਅਟ ਜਾਂਦਾ ਕਿ ਫੁਲਾਹ ਪ੍ਰਚਾਰਕ ਤੇ ਇਹ ਕਹਿੰਦਾ ਸੀ ਫੁਲਾਨੀ ਕਿਤਾਬ ਦੇ ਵਿੱਚ ਇਹ ਲਿਖਿਆ ਸੀ ਹੁਣ ਇਹ ਤੇ ਪ੍ਰਚਾਰਕ ਦੀ ਤੇ ਕਿਤਾਬ ਦੀ ਪ੍ਰੋਬਲਮ ਹੈ ਨਾ ਗੁਰੂ ਦੀ ਥੋੜਾ ਅਸੀਂ ਇਹ ਵੇਖਣਾ ਵੀ ਗੁਰੂ ਕੀ ਕਹਿੰਦਾ ਅਸੀਂ ਸੇਵਕ ਹਾਂ ਗੁਰੂ ਦੇ ਕਿਸੇ ਪ੍ਰਚਾਰਕ ਜਾਂ ਕਿਸੇ ਕਿਤਾਬ ਦੇ ਜਾਂ ਕਿਸੇ ਹੋਰ ਦੇ ਅਸੀਂ ਸਿੱਖ ਹਾਂ ਗੁਰੂ ਦੇ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਹੈ ਗੁਰਬਾਣੀ ਇਕੱਠਾ ਨਹੀਂ ਇੱਥੇ ਪੜਨਾ ਗੌਰ ਬਾਣੀ ਕਹ ਹੈ ਸੇਵਕ ਜਨ ਮਾਨੈ ਪੜਤਾ ਗੁਰੂ ਨਿਸਤਾਰੇ ਇਹਦੀ ਮੈਂ ਥੋੜੀ ਜਿਹੀ ਵਿਚਾਰ ਆਪ ਨਾਲ ਸਾਂਝੀ ਕਰਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਯਾਨੀ ਬਾਣੀ ਗੁਰੂ ਰੂਪ ਹੈ ਤੇ ਗੁਰੂ ਬਾਣੀ ਰੂਪ ਹੈ ਦੋਵੇਂ ਇੱਕੋ ਹੀ ਰੂਪ ਨੇ ਵਿੱਚ ਬਾਣੀ ਅੰਮ੍ਰਿਤ ਇਹ ਨ ਉਸਾਰੇ ਇਕੱਠਾ ਨਹੀਂ ਪੜਨਾ ਅੰਮ੍ਰਿਤ ਸਾਰੇ ਅੰਮ੍ਰਿਤ ਤੇ ਵਿਸ਼ਰਾਮ ਲਾਣਾ ਵਿੱਚ ਬਾਣੀ ਅੰਮ੍ਰਿਤ ਇਹ ਰੁਕਣਾ ਚੋ ਕਿ ਅੰਮ੍ਰਿਤ ਦੇ ਤੱਤੇ ਥਲੇ ਔਂਕੜ ਹੈ ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਗਿਆਨ ਬਾਣੀ ਦੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਗਿਆਨ ਹੈ ਤੇ ਸਾਰੇ ਦਾ ਮਤਲਬ ਹੈ ਵਸਾਏ ਸੰਭਾਲੇ ਜੋ ਬਾਣੀ ਗੁਰੂ ਰੂਪ ਹੈ ਗੁਰੂ ਬਾਣੀ ਦਾ ਰੂਪ ਹੈ ਬਾਣੀ ਦੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਗਿਆਨ ਹੈ ਸਾਰੇ ਦਾ ਮਤਲਬ ਜਿਹੜਾ ਉਹਨੂੰ ਆਪਣੇ ਹਿਰਦੇ ਵਿੱਚ ਸੰਭਾਲੇਗਾ ਗੁਰ ਬਾਣੀ ਕਹ ਹੈ ਗੁਰੂ ਰੱਬ ਦੀ ਸਿੱਖ ਸਲਾਹ ਦੀ ਬਾਣੀ ਕਹਿੰਦਾ ਹੈ ਤੇ ਜਿਹੜਾ ਉਸ ਬਾਣੀ ਨੂੰ ਮੰਨਦਾ ਹੈ ਸੇਵਕ ਜਾਂ ਨਮਾਨ ਹੈ ਸੇਵਕ ਉਹਨੂੰ ਮੰਨ ਲੈਂਦਾ ਹੈ ਪ੍ਰਤੱਖ ਗੁਰੂ ਨਿਸਤਾਰੇ ਗੁਰੂ ਉਹਦਾ ਪ੍ਰਗਟ ਤੌਰ ਤੇ ਪਾਰ ਉਤਾਰਾ ਕਰ ਦਿੰਦਾ ਹੈ ਮੰ ਪਾਰ ਉਤਾਰਾ ਉਹਦਾ ਹੋਏਗਾ ਨਾ ਜੋ ਗੁਰੂ ਦੀ ਪਾਵਨ ਬਾਣੀ ਦੇ ਸਿਧਾਂਤਾਂ ਨੂੰ ਮੰਨੇਗਾ ਇਸ ਲਈ ਗੁਰੂ ਜੀ ਕਹਿ ਰਹੇ ਨੇ ਤਿਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹ ਜਾਨ ਇਸ ਗੱਲ ਦੀ ਸਮਝ ਗੁਰੂ ਦੇ ਗਿਆਨ ਰਾਹੀਂ ਆਉਂਦੀ ਹੈ ਜੋ ਵੀ ਵਿਚਾਰ ਇਸ ਸ਼ਸ਼ਟ ਪਦੀ ਵਿੱਚ ਵਿਚਾਰੀ ਹੈ ਨਾ ਆਪਾਂ ਅੱਜ ਇਹ ਸਾਰੀ ਸਮਝ ਗੁਰੂ ਦੇ ਗਿਆਨ ਰਾਹੀਂ ਆਉਂਦੀ ਹੈ ਇਸ ਲਈ ਗੁਰੂ ਦਾ ਗਿਆਨ ਹੀ ਸਾਡੇ ਵਾਸਤੇ ਮਹਾਨ ਹੈ ਜੋ ਜਾਣੇ ਤਿਸ ਸਦਾ ਸੁਖ ਹੋਏ ਜਿਹੜਾ ਇਸ ਚੀਜ਼ ਨੂੰ ਫਿਰ ਜਾਣ ਲੈਂਦਾ ਹੈ ਗੁਰੂ ਦੇ ਗਿਆਨ ਰਾਹੀਂ ਕਿ ਇਹ ਸਾਰਾ ਸਰੀਰ ਸਾਰਾ ਸੰਸਾਰ ਰੱਬ ਦਾ ਸ਼ਰੀਰ ਹੈ ਹਰ ਥਾਂ ਦੇ ਉੱਤੇ ਰੱਬ ਵਸ ਰਿਹਾ ਹੈ ਉਹਦਾ ਅੰਤ ਨਹੀਂ ਪਾਇਆ ਜਾਂਦਾ ਉਹ ਅਨੰਤ ਹੈ ਗਹਿਰ ਗੰਭੀਰ ਹੈ ਉਹਦਾ ਕੀਤਾ ਹੋਇਆ ਸਭ ਕੁਝ ਪ੍ਰਵਾਨ ਹੈ ਉਹ ਆਪ ਸੱਚਾ ਹੈ ਉਹਦੀ ਰਚਨਾ ਸੱਚੀ ਹੈ ਜਿਹੜਾ ਇਸ ਗੱਲ ਨੂੰ ਜਾਣ ਲੈਂਦਾ ਜੋ ਜਾਣੈ ਜਿਹੜਾ ਇਹਨੂੰ ਜਾਣ ਲੈਂਦਾ ਹੈ ਮੰਨ ਲੈਂਦਾ ਹੈ ਤਿਸ ਸਦਾ ਸੁਖ ਹੋਏ ਉਹਨੂੰ ਸਦਾ ਵਾਸਤੇ ਸੁਖ ਪੈਦਾ ਹੋ ਜਾਂਦਾ ਹੈ ਉਹਦੇ ਅੰਦਰ ਉਹਨੂੰ ਸਦਾ ਸੁਖ ਹੁੰਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਫਿਰ ਦੁੱਖ ਨਹੀਂ ਹੁੰਦਾ ਜਿਹੜਾ ਇਹਨਾਂ ਗੱਲਾਂ ਨੂੰ ਜਾਣ ਕੇ ਮੰਨ ਲਵੇ ਤਾਂ ਦੇਖੋ ਇਹ ਬਚਨ ਗੁਰੂ ਦੇ ਸੁਣ ਕੇ ਹੀ ਇੰਨੀ ਖੁਸ਼ੀ ਹੋ ਰਹੀ ਹੈ ਮੈਨੂੰ ਕਹਿ ਕੇ ਖੁਸ਼ੀ ਹੋ ਰਹੀ ਹੈ ਤੁਹਾਨੂੰ ਸੁਣ ਕੇ ਖੁਸ਼ੀ ਹੋ ਰਹੀ ਹੈ ਤੇ ਜੇ ਕੋਈ ਇਹਨਾਂ ਬਚਨਾਂ ਨੂੰ ਮੰਨ ਕੇ ਅਮਲ ਕਰ ਲਵੇ ਉਹਦੇ ਅੰਦਰ ਕਿੱਡੀ ਵੱਡੀ ਖੁਸ਼ੀ ਹੋਏਗੀ ਉਹ ਤਾਂ ਅੰਤ ਹੀ ਨਾ ਜਾਣਿਆ ਦਿੰਦਾ ਜੋ ਜਾਣੇ ਤਿਸ ਸਦਾ ਸੁਖ ਹੋਏ ਉਹਨੂੰ ਸਦਾਵੀਂ ਸੁਖ ਮਿਲਦਾ ਹੈ ਆਪ ਮਿਲਾਏ ਲੈ ਰਬ ਸੋਏ ਉਹ ਰਬ ਉਹਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਉਹਨੂੰ ਰਬ ਨੂੰ ਖੋਜਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਖੋਜਣਾ ਕੀ ਹੈ ਦਿਸਟੈਪ ਹੈ ਸਾਹਮਣੇ ਉਹਨੂੰ ਰੱਬ ਦੇ ਨਾਲ ਮਿਲਣ ਦੀ ਲੋਟ ਨਹੀਂ ਪੈਂਦੀ ਰੱਬ ਉਹਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ ਜਿਹੜਾ ਗੁਰੂ ਦੀ ਪਾਵਨ ਬਾਣੀ ਰਾਹੀਂ ਇਹਨਾਂ ਚੀਜ਼ਾਂ ਨੂੰ ਜਾਣ ਲੈਂਦਾ ਹੈ ਸਮਝ ਲੈਂਦਾ ਹੈ ਕਿ ਆ ਸੰਸਾਰ ਹੀ ਰੱਬ ਦਾ ਤਨ ਹੈ ਐਸ ਸੰਸਾਰ ਹੀ ਰੱਬ ਦਾ ਦਰਸ਼ਨ ਹੈ ਰੱਬ ਇੱਕ ਅਟੱਲ ਸਚਾਈ ਹੈ ਉਹਦੀ ਇਸ ਕੁਦਰਤ ਦੇ ਵਿੱਚ ਕੋਈ ੁਕਾਈ ਨਹੀਂ ਹੈ ਸਭ ਦੇ ਅੰਦਰ ਰੱਬੀ ਗੁਣ ਮੌਜੂਦ ਨੇ ਰਚਨਾ ਜਿਹੜੀ ਹੈ ਰਜਾ ਦੇ ਅੰਦਰ ਚਲਦੀ ਹੈ ਰਜਾ ਤੋਂ ਬਾਹਰ ਕੁਝ ਵੀ ਨਹੀਂ ਜਿਹੜਾ ਸਮਝ ਲੈਂਦਾ ਕਿ ਰੱਬ ਹੀ ਰਜਾ ਵਿੱਚ ਤੁਰਨਾ ਹੀ ਸਾਡੇ ਭਲੇ ਵਾਸਤੇ ਹੈ ਉਹਨੂੰ ਸਦਾ ਵਿੱਚ ਸੁਖ ਹੁੰਦਾ ਤੇ ਰੱਬ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਭਾਵ ਉਹ ਸਦਾ ਲਈ ਉਹਦੇ ਵਿੱਚ ਹੀ ਮਿਲ ਕੇ ਉਹਦੇ ਵਰਗਾ ਹੋ ਜਾਂਦਾ ਉਹ ਤਨਵੰਤ ਕੁਲਵੰਤ ਪਤਿਵੰਤ ਇਹਨੂੰ ਪਤਵੰਤ ਨਹੀਂ ਪੜਨਾ ਤੱਤੇ ਨਾਲ ਥੋੜੀ ਜਿਹੀ ਸਿਹਾਰੀ ਦੀ ਆ ਜਾਏਗੀ ਪਤਿਵੰਤ ਪਤੀ ਵੀ ਨਹੀਂ ਕਹਿਣਾ पत भी नहीं कहना ओह तनवंत कुलवंत पतिवंत तनवंत का मतलब अमीर खुशहाल कुलवंत मतलब उच्ची कुल वाला पतवंत का मतलब इज्जत वाला असि कहने वही फल बंदा बड़ी इज्जत वाला भी उन्होंने बहुत मान आदर सत्कार मिलता है और बंदा भी उच्ची कोल है उची जात दा है लोग कहें उची जात नीवी जात ਫੋਲਾ ਬੰਦਾ ਵੀ ਬੜਾ ਅਮੀਰ ਹੈ ਬੱਲੇ ਬੱਲੇ ਵੀ ਇੰਨਾ ਧਨ ਹੈ ਉਹਦੀਆਂ 50 ਕੁਲਾਂ ਵੀ ਬਹਿ ਕੇ ਖਾਂਦੇ ਮੁਕਦਾ ਨਹੀਂ ਹੁਣ ਗੁਰੂ ਜੀ ਕਹਿੰਦੇ ਨੇ ਅਸਲ ਦੇ ਅੰਦਰ ਧਨवान ਉੱਚੀ ਕੁਲ ਵਾਲਾ ਔਰ ਪੱਤ ਵਾਲਾ ਕੌਣ ਹੈ ਜੀਵਨ ਮੁਕਤ ਜਿਸ ਹਿਰਦੇ ਭਗਵੰਤ ਜਿਹਦੇ ਹਿਰਦੇ ਦੇ ਅੰਦਰ ਮੈਂਟੈਲਿਟੀ ਦੇ ਅੰਦਰ ਰੱਬ ਵਸਦਾ ਹੈ ਉਹ ਜਿਉਂਦਾ ਹੀ ਮੁਕਤ ਹੈ ਉਹਨੂੰ ਮਰਨ ਤੋਂ ਬਾਅਦ ਮੁਕਤੀ ਦੀ ਲੋੜ ਨਹੀਂ ਉਨ ਨੂੰ ਸਮਝੇ ਕਿ ਮਰਨ ਤੋਂ ਬਾਅਦ ਕੋਈ ਮੁਕਤੀ ਨਹੀਂ ਬੇਣੀ ਕਹ ਸੁਣੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਉਹ ਬੰਦਾ ਜੀਵਨ ਮੁਕਤ ਹੈ ਜਿਹਦੇ ਹਿਰਦੇ ਵਿੱਚ ਰੱਬੀ ਗੁਣ ਵਸਤੇ ਨੇ ਯਾਨੀ ਜੋ ਰੱਬੀ ਗੁਣਾ ਦਾ ਧਾਰਨੀ ਹੈ ਜੋ ਰੱਬ ਦੀ ਰਜ਼ਾ ਵਿੱਚ ਤੁਰਦਾ ਹੈ ਜਿਨੇ ਗੁਰੂ ਤੋਂ ਇਹ ਗੱਲ ਜਾਣ ਲਈ ਹੈ ਜੋ ਗੁਰੂ ਦੇ ਦਿੱਤੇ ਹੋਏ ਉਹ ਲਾਈਫ ਨੂੰ ਅਪਣਾ ਰਿਹਾ ਹੈ ਇਕ ਤਾਉ ਜੀਵਨ ਮੁਕਤ ਹੈ ਜਿਉਂਦਾ ਹੀ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ ਤੇ ਗੁਰੂ ਜੀ ਕਹਿੰਦੇ ਨੇ ਉਹ ਹੀ ਖੁਸ਼ਹਾਲ ਹੈ ਅਮੀਰ ਹੈ ਉਹ ਹੀ ਉੱਚੀ ਕੋਲੋਂ ਵਾਲਾ ਹੈ ਉਹ ਹੀ ਇੱਜ਼ਤ ਵਾਲਾ ਹੈ ਉਹ ਹੀ ਮੁਕਤ ਹੈ ਉਹਨੂੰ ਮਾਣ ਵੀ ਮਿਲੇਗਾ ਉਹਨੂੰ ਸਤਕਾਰ ਵੀ ਮਿਲੇਗਾ ਉਹ ਖੁਸ਼ਹਾਲ ਵੀ ਹੋਏਗਾ ਇਹ ਸਾਰੇ ਸੁੱਖ ਉਹਦੀ ਝੋਲੀ 'ਚ ਪੈ ਜਾਣਗੇ ਕਿਦੀ ਜਿਸ ਦੇ ਹਿਰਦੇ ਦੇ ਅੰਦਰ ਪ੍ਰਭੂ ਵਸਦਾ ਹੈ ਜਿਹਦੇ ਹਿਰਦੇ ਵਿੱਚ ਗੁਣ ਵਸਦੇ ਨੇ ਹਿਰਦੇ ਦਾ ਮਤਲਬ ਮੈਂਟੈਲਿਟੀ ਸੋਚ ਤਨ 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 ਜਨ ਆਇਆ ਉਹ ਮਨੁੱਖ ਦਾ ਜਗਤ ਦੇ ਅੰਦਰ ਆਉਣਾ ਮੁਬਾਰਕ ਹੈ ਧਨ ਹੈ ਉਹਦਾ ਜਨਮ ਮੁਬਾਰਕ ਹੈ ਉਸ ਦੀ ਜ਼ਿੰਦਗੀ ਸਾਰੇ ਲੋਕ ਕਹਿੰਦੇ ਨੇ ਧਨ ਹੈ ਵੀ ਉਹ ਬੰਦਾ ਦੇਖੋ ਜਦੋਂ ਅਸੀਂ ਇਤਿਹਾਸ ਪੜਦੇ ਆ ਤਾਂ ਅਸੀਂ ਉਹਨਾਂ ਸ਼ਹੀਦਾਂ ਨੂੰ ਧੰਤਾ ਜੋ ਕਹਿੰਦੇ ਨਾ ਵੀ ਧੰਤਾ ਯੋਗ ਨੇ ਉਹ ਬੰਦੇ ਜਿੰਨਾਂ ਨੇ ਐਸੀਆਂ ਘਾਲਾਂ ਘਾਲੀਆਂ ਆਪ ਆਪਣੇ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਕਰਾ ਗਏ ਲੇਕਿਨ ਅੱਜ ਸੰਸਾਰ ਨੂੰ ਚੰਗੀ ਉੱਚੀ ਸੁੱਚੀ ਜ਼ਿੰਦਗੀ ਦੀ ਕਤਨਤਾ ਯੋਗ ਹੈ ਉਹਨਾਂ ਦਾ ਆਉਣਾ ਤਾਂ ਉਹਨਾਂ ਦਾ ਆਉਣਾ ਧਨਤਾ ਯੋਗ ਹੋ ਜਾਂਦਾ ਹੈ ਉਹਨਾਂ ਦਾ ਆਉਣਾ ਮੁਬਾਰਕ ਹੈ ਤੇ ਇਹ ਜੀਵਨ ਨੂੰ ਮੁਬਾਰਕ ਅਸੀਂ ਵੀ ਕਰ ਸਕਦੇ ਹਾਂ ਭਾਈ ਇਹ ਹਰ ਇੱਕ ਵਾਸਤੇ ਦਰ ਖੁੱਲ੍ਹਾ ਹੈ ਹਰ ਇੱਕ ਵਾਸਤੇ ਫੀਲਡ ਖੁੱਲੀ ਹੈ ਹਰ ਇੱਕ ਦੇ ਅੰਦਰ ਇਹ ਪੋਸੀਬਿਲਟੀ ਹੈ ਕੋਈ ਵੀ ਐਸੀ ਜ਼ਿੰਦਗੀ ਜੀ ਸਕਦਾ ਹੈ ਪਰ ਕਿਉਂਕਿ ਅਸੀਂ ਜੀਣਾ ਨਹੀਂ ਚਾਹੁੰਦੇ ਇਸ ਲਈ ਅਸੀਂ ਇਹ ਸ਼ਬਦਾਵਲੀ ਆਪਣੇ ਵਾਸਤੇ ਵਰਤਦੇ ਨਹੀਂ ਜੀ ਐਵੇਂ ਤੇ ਨਹੀਂ ਹੋ ਸਕਦਾ ਇਹ ਤੇ ਬੜਾ ਔਖਾ ਕੰਮ ਹੈ ਜੀ ਐਵੇਂ ਕਿਹਾ ਤੇ ਜਾ ਸਕਦਾ ਹੈ ਉਹਨਾਂ ਤੇ ਤੇ ਗੁਰੂ ਦੀ ਕਿਰਪਾ ਸੀ ਰੱਬ ਦੀ ਕਿਰਪਾ ਸੀ ਤਾਂ ਕਰਕੇ ਉਹ ਐਵੇਂ ਕਰ ਗਏ ਅਸੀਂ ਕਿੱਥੇ ਜੀ ਅਸੀਂ ਨਹੀਂ ਕਰ ਸਕਦੇ ਮਤਲਬ ਇਹ ਵਰਡਿੰਗ ਦਾ ਮਤਲਬ ਕਿ ਅਸੀਂ ਕਰਨਾ ਹੀ ਨਹੀਂ ਚਾਹੁੰਦੇ ਅਸੀਂ ਕਰਨ ਨਹੀਂ ਚੰਦੇ ਹੁਣ ਜੇ ਅਸੀਂ ਅਸੀਂ ਨਹੀਂ ਬੋ ਅਸੀਂ ਨਹੀਂ ਜੀ ਕਰ ਸਕਦੇ ਬੰਦਾ ਪੁੱਛੇ ਵੀ ਤੁਹਾਨੂੰ ਸੱਚ ਬੋਲਣ ਨੂੰ ਕੀ ਹੋਇਆ ਅਸੀਂ ਕਿਉਂ ਨਹੀਂ ਬੋਲ ਸਕਦੇ ਸੱਚ ਸਾਡਾ ਕੋਈ ਮੂੰਹ ਥੋੜੀ ਸੀ ਟੇਪ ਥੋੜਾ ਲੱਗੀ ਹੈ ਸਾਡੇ ਬੁੱਲਾਂ ਤੇ ਵੀ ਤੂੰ ਸੱਚ ਨਹੀਂ ਬੋਲ ਸਕਦਾ ਝੂਠ ਵੀੜੀ ਉਠ ਅਭਿਦੰਦੀ ਅਸੀਂ ਬੋਲਦੇ ਨਹੀਂ ਨਾ ਜੀ ਪ੍ਰੇਮ ਨਾਲ ਕਿੱਥੇ ਜੀਵਿਆ ਜਾਂਦਾ ਬੰਦਾ ਪੁੱਛੇ ਵੀ ਤੁਹਾਨੂੰ ਸੰਗਲ ਪੈ ਨਹੀਂ ਤੁਸੀਂ ਪ੍ਰੇਮ ਨਾਲ ਨਹੀਂ ਬਲਾਸਕ ਦੇ ਬੋਲ ਕੇ ਤੇ ਵੇਖੋ ਤੁਸੀਂ ਆਪਣੀ ਬੋਲੀ ਨੂੰ ਬਦਲੋ ਤੇ ਸਹੀ ਬਦਲ ਨਹੀਂ ਨਹੀਂ ਚੰਦੇ ਫਿਰ ਕਹਿੰਦੇ ਆ ਕਿ ਐਸਾ ਹੋ ਨਹੀਂ ਸਕਦਾ ਗੁਰੂ ਜੀ ਕਹਿੰਦੇ ਨੇ ਤਨਤਾ ਯੋਗ ਨੇ ਉਹ ਲੋਕ ਉਹਨਾਂ ਦਾ ਆਉਣਾ ਤਨਤਾ ਯੋਗ ਹੈ ਜਿਸ ਪ੍ਰਸਾਦ ਸਭ ਜਗਤ ਤਰਿਆ ਜਿੱਦੀ ਮਿਹਰ ਦੇ ਨਾਲ ਜਗਤ ਤਰਦਾ ਹੈ ਜਿਹੜੇ ਐਸੇ ਚੰਗੇ ਲੋਕ ਨੇ ਨਾ ਉਹਨਾਂ ਦਾ ਆਉਣਾ ਤਨਤਾ ਯੋਗ ਜਿਹਨਾਂ ਬਾਰੇ ਗੁਰੂ ਜੀ ਪਾਵਨ ਬਾਣੀ ਵਿੱਚ ਵਿਚਾਰ ਦੇ ਰਹੇ ਨੇ ਜੋ ਆਪਾਂ ਵਿਚਾਰ ਕੀਤੀ ਹੈ ਫਿਰ ਉਹਨਾਂ ਦੀ ਕਿਰਪਾ ਨਾਲ ਉਹਨਾਂ ਦੀ ਸੰਗਤ ਦੇ ਨਾਲ ਜਗਤ ਵੀ ਤਰਦਾ ਹੈ ਹੋਰ ਲੋਕ ਵੀ ਵਿਕਾਰਾਂ ਦੇ ਮਾਰਚੋਂ ਬਚ ਨਿਕਲਦੇ ਨੇ ਜੋ ਉਹਨਾਂ ਦੀ ਸੰਗਤ ਕਰਦੇ ਨੇ ਕਿਉਂਕਿ ਉਹ ਇੱਕ ਚੰਗੀ ਜ਼ਿੰਦਗੀ ਜੀ ਰਹੇ ਨੇ ਔਰ ਉਹ ਅੱਗੇ ਪ੍ਰਚਾਰ ਤੇ ਪ੍ਰਸਾਰ ਕਰਦੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਜੀਵਨ ਜੀਵ ਹੈ ਨਾ ਚੰਗਾ ਮਹਾਨ ਜੀਵਨ ਤੇ ਉਹਨਾਂ ਦੇ ਜੀਵਨ ਕਰਕੇ ਕਿੰਨੇ ਲੋਕ ਤਰੇ ਨੇ ਕਿੰਨਿਆਂ ਦਾ ਪਾਰ ਪਾਰਾ ਹੋਇਆ ਅੱਗੇ ਗੁਰੂ ਸਹਿਬਾਨ ਨੇ ਹੂਰ ਪ੍ਰਚਾਰ ਪ੍ਰਸਾਰ ਕੀਤਾ ਤਾਂ ਕਿੰਨੇ ਲੋਕਾਂ ਦਾ ਪਾਰ ਉਤਾਰਾ ਹੋਇਆ ਇੱਕ ਕੌਮ ਖੜੀ ਹੋ ਗਈ ਇੱਕ ਐਸੀ ਕੌਮ ਖੜੀ ਹੋ ਗਈ ਜਿਸ ਨੇ ਦੇਸ਼ ਦੀਆਂ ਹਜ਼ਾਰਾਂ ਸਾਲਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟ ਦਿੱਤੀਆਂ ਤਾਂ ਇਹ ਤੰਤਾ ਯੋਗ ਜੀਵਨ ਸਾਡਾ ਵੀ ਹੋ ਸਕਦਾ ਹੈ ਜੇ ਐਸੀ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀਏ ਇਸ ਲਈ ਜ਼ਰੂਰਤ ਪਲੈਨਿੰਗ ਕਰਨ ਦੀ ਹੈ ਇਸ ਲਈ ਜ਼ਰੂਰਤ ਇਹਨਾਂ ਗੱਲਾਂ ਨੂੰ ਅਮਲ ਵਿੱਚ ਲਿਆਉਣ ਦੀ ਹੈ ਕੇਵਲ ਕੰਨ ਰਸ ਨਾ ਰਹਿ ਜਾਏ ਕਿ ਮੈਂ ਕਹੀ ਜਾਵਾਂ ਤੁਸੀਂ ਸੁਣੀ ਜਾਓ ਤੇ ਇੱਥੇ ਹੀ ਗੱਲ ਬਸ ਨਾ ਹੋ ਜਾਏ ਅਸੀਂ ਟਰਾਈ ਕਰੀਏ ਅਸੀਂ ਯਤਨ ਕਰੀਏ ਜਿੰਨਾ ਅਸੀਂ ਕਰ ਸਕਦੇ ਹਾਂ ਵੱਧ ਤੋਂ ਵੱਧ ਕਰੀਏ ਬਾਕੀ ਦੀ ਜੋ ਰਹਿੰਦੀ ਜ਼ਿੰਦਗੀ ਸਾਡੀ ਸਫਲੀ ਹੋ ਸਕਦੀ ਹੈ ਜਨ ਆਵਨ ਦਾ ਇਹ ਸਵਾਉ ਸਵਾਉ ਦਾ ਮਤਲਬ ਮਨੋਰਥ ਲਾਭ ਇਹੋ ਜੇ ਲੋਕਾਂ ਦੇ ਦੁਨੀਆ ਵਿੱਚ ਆਉਣ ਦਾ ਲਾਭ ਵੀ ਇਹ ਹੈ ਇਥੇ ਸਵਾਉ ਦਾ ਮਤਲਬ ਹੈ ਲਾਭ ਅਜਿਹੇ ਇਨਸਾਨ ਜਿਹੜੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ ਨਾ ਰੱਬੀ ਰਜ਼ਾ ਵਿੱਚ ਤੁਰਦੇ ਨੇ ਐਹੋ ਜੀ ਜ਼ਿੰਦਗੀ ਜੀਂਦੇ ਨੇ ਉਹਨਾਂ ਦੇ ਜੀਵਨ ਦਾ ਲਾਭ ਇਹ ਹੈ ਕਿ ਜਨ ਕੇ ਸੰਗ ਚਿਤ ਆਵੇ ਨਾਉ ਜੋ ਰੱਬ ਦੇ ਪਿਆਰੇ ਨੇ ਨਾ ਉਹਨਾਂ ਦੀ ਸੰਗਤ ਕੀਤਿਆਂ ਗੁਰੂ ਦੀ ਸੰਗਤ ਕੀਤਿਆਂ ਚਿੱਤ ਦੇ ਅੰਦਰ ਨਾਮ ਆਵਸਤ ਹੈ ਨਾਉ ਦਾ ਮਤਲਬ ਨਾਮ ਦਾ ਮਤਲਬ ਹੁਕਮ ਰੱਬੀ ਗੁਣ ਸੰਚੇਤੇ ਆ ਜਾਂਦਾ ਕਿ ਅਸੀਂ ਰੱਬੀ ਹੁਕਮ ਦੇ ਵਿੱਚ ਤੁਰਨਾ ਹੈ। ਇਹੋ ਜੇ ਪਿਆਰਿਆਂ ਦੀ ਸੰਗਤ ਕੀਤੇਆਂ, ਗੁਰੂ ਦੀ ਸੰਗਤ ਕੀਤੀਆਂ, ਸਾਨੂੰ ਸਮਝ ਪੈ ਜਾਂਦੀ ਹੈ, ਯਾਦ ਰਹਿੰਦਾ ਹੈ ਕਿ ਅਸੀਂ ਰੱਬੀ ਰਜ਼ਾ ਵਿੱਚ ਤੁਰਨਾ ਹੈ, ਗੁਰੂ ਦੇ ਦਿੱਤੇ ਹੋਏ ਉਹ ਲਾਈਫ ਨੂੰ ਅਪਣਾਉਣਾ ਹੈ। ਸਾਡਾ ਸੰਗਤ ਕਰਨ ਦਾ ਲਾਭ ਇਹੀ ਹੈ ਨਾ। ਕਲਾਸ ਵਿੱਚ ਅਸੀਂ ਆ ਰਹੇ ਹਾਂ ਸਾਰੇ ਵੀਰ ਪਿਆਣਾ, ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਾਂ, ਤਾਂ ਇਸ ਕਲਾਸ ਦਾ ਸਾਡੇ ਮਿਲਣ ਦਾ ਲਾਭ ਹੀ ਇੱਕ ਹੈ। ਕਿ ਸਾਨੂੰ ਰੱਬੀ ਹੁਕਮ ਯਾਦ ਆਉਂਦਾ ਕਿ ਅਸੀਂ ਹੁਕਮ ਵਿੱਚ ਤੁਰਨਾ ਹੈ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ ਔਰ ਦੇਖੋ ਜਿਵੇਂ ਅਸੀਂ ਕਲਾਸ ਵਿੱਚ ਆ ਇੱਕ ਦੂਜੇ ਦੇ ਨਾਲ ਕਿੰਨਾ ਸੋਹਣਾ ਭੈਣਾ ਭਰਾਵਾਂ ਵਰਗਾ ਤਾਲਮੇਲ ਬਣ ਗਿਆ ਤੇ ਇਹ ਜਿਹੜਾ ਤਾਲਮੇਲ ਹੈ ਸਾਡੀ ਜ਼ਿੰਦਗੀ ਨੂੰ ਬਦਲਦਾ ਹੈ ਕਿਵੇਂ ਬਦਲਦਾ ਹੈ ਜਿਵੇਂ ਮੈਂ ਹੁਣ ਕੋਈ ਮਾੜਾ ਕਰਮ ਕਰਨ ਤੋਂ ਸੰਕੋਚ ਕਰਾਂਗਾ ਰੀਜ਼ਨ ਕਿਰਮੇ ਕਲਾਸ ਵਿੱਚ ਜਾਣਾ ਹੈ ਜੇ ਮੇਰੇ ਕਲਾਸ ਵਾਲੇ ਵੀਰ ਭੈਣ ਨੂੰ ਕਿਸੇ ਨੂੰ ਪਤਾ ਲੱਗੇਗਾ ਕਿ ਉਹ ਫੁਲਾਹ ਬੰਦੇ ਨੇ ਐਵੇਂ ਕੀਤਾ ਹੈ ਤਾਂ ਮੈਂ ਉਹਨਾਂ ਨੂੰ ਮੂੰਹ ਵਿਖਾਵਾਂਗਾ ਕਿਵੇਂ ਮੂੰਹ ਵਿਖਾਵਾਂਗਾ ਕਿ ਇੱਥੇ ਕਲਾਸ ਵਿੱਚ ਤੇਨੀਆਂ ਬਦਬਦ ਕੇ ਗੱਲਾਂ ਕਰਦਾ ਸਿੱਤ ਕਰਦਾ ਕੀ ਫਿਰਦਾ ਤਾਂ ਸਾਨੂੰ ਇਹ ਕਲਾਸ ਜਿਹੜੀ ਹੈ ਨਾ ਚੰਗੇ ਪਾਸੇ ਲੱਜਾਏਗੀ ਨਾ ਸਾਡਾ ਕੋਈ ਰਿਸ਼ਤੇਦਾਰ ਹੁੰਦਾ ਤਾਂ ਅਸੀਂ ਸੋਚਦੇ ਨੇ ਯਾਰ ਉਹਨੂੰ ਮੈਂ ਮੂੰਹ ਕੀ ਵਿਖਾਵਾਂਗਾ ਆਮ ਲੋਕ ਚੰਗੀ ਸੰਗਤ ਜਿੰਨਾ ਦੀ ਹੁੰਦੀ ਹੈ ਉਹ ਸੰਗਤ ਤਾਰ ਦੀ ਨਾ ਇਸੇ ਕਰਕੇ ਤੇ ਗੁਰੂ ਜੀ ਨੇ ਸੰਗਤ ਦੀ ਮਹਾਨਤਾ ਹੈ ਵਿੱਚ ਸੰਗਤ ਹਰ ਪ੍ਰਭ ਉਸ ਸੇ ਜੀਉ ਜੋ ਰੱਬ ਦੇ ਪਿਆਰੇ ਨੇ ਉਹਨਾਂ ਦੇ ਮਿਲਾਪ ਦਾ ਲਾਭ ਹੀ ਇਹ ਹੈ ਕਿ ਜਨ ਕੇ ਸੰਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਰੱਬ ਦਾ ਪਿਆਰਾ ਆਪ ਮੁਕਤ ਹੁੰਦਾ ਜੋ ਗੁਰੂ ਦੇ ਦッセ ਰਾਹਾਂ ਤੇ ਤੁਰਦਾ ਤੇ ਉਹ ਸੰਸਾਰ ਨੂੰ ਵੀ ਮੁਕਤ ਕਰਦਾ ਹੈ ਸੰਸਾਰ ਦੇ ਜੋ ਲੋਕ ਨੇ ਉਹਨਾਂ ਨੂੰ ਵੀ ਉਹਨਾਂ ਦੀਆਂ ਮਨੋਤਾਵਾਂ ਚੋਂ ਬਾਹਰ ਕੱਢਦਾ ਹੈ ਆ ਪੀਰ ਫਕੀਰ ਕਬਰਾਂ ਮੜੀਆਂ ਮਸਾਂਨ ਜਾਦੂ ਤਵੀਤ ਤੂਨੇ ਧਾਗੇ ਜੰਤਰ ਮੰਤਰ ਆਕਰਾਂ ਮਾਤਾ ਤੇ ਹੋਰ ਜਿੰਨੇ ਵੀ ਅੰਧਵਿਸ਼ਵਾਸ ਚੂੜ ਫਰੇਵ ਨੇ ਇਹਨਾਂ ਚੋਂ ਦੁਨੀਆ ਨੂੰ ਵੀ ਬਾਹਰ ਕੱਢਦਾ ਹੈ ਆਪਣੀ ਜ਼ਿੰਦਗੀ ਰਾਹੀਂ ਆਪਣੇ ਸੋਨੇ ਜੀਵਨ ਰਾਹੀਂ ਕੁਝ ਲੋਕ ਉਹਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਨੇ ਤੇ ਜਿੰਨਾ ਲੋਕਾਂ ਦੇ ਨਾਲ ਉਹਦਾ ਮੇਲ-ਜੋਲ ਹੁੰਦਾ ਬੋਲਚਾਲ ਉਹ ਬੋਲਚਾਲ ਰਾਹੀਂ ਵੀ ਇਹਨਾਂ ਚੀਜ਼ਾਂ ਨੂੰ ਦੂਰ ਕਰਦਾ ਹੈ ਕਿੰਨੇ ਲੋਕਾਂ ਨੂੰ ਮੁਕਤ ਕਰਦਾ ਹੈ ਇਸ ਲਈ ਅਸੀਂ ਵੀ ਆਪ ਪਹਿਲਾਂ ਮੁਕਤ ਹੋਣਾ ਹੈ ਇਹਨਾਂ ਅੰਧਵਿਸ਼ਵਾਸਾਂ ਤੋਂ ਜਿਹੜੀਆਂ ਸਾਡੀਆਂ ਬਣੀਆਂ ਹੋਈਆਂ ਗਲਤ ਮੰਨੋਤਾਂ ਨੇ ਉਹਨਾਂ ਨੂੰ ਅਸੀਂ ਪਾਸੇ ਕਰਨਾ ਹੈ ਗੁਰੂ ਦੇ ਸੱਚੇ ਗਿਆਨ ਨੂੰ ਆਪਣੇ ਹਿਰਦੇ ਵਿੱਚ ਵਸਾਣਾ ਹੈ ਤੇ ਉਸ ਤੋਂ ਬਾਅਦ ਬੜੇ ਪਿਆਰ ਨਾਲ ਜੇ ਕੋਈ ਪੁੱਛਦਾ ਹੈ ਤਾਂ ਬੜੇ ਪਿਆਰ ਦੇ ਨਾਲ ਉਹਨੂੰ ਗੁਰਮਤ ਦਾ ਸਿਧਾਂਤ ਸਮਝਾਉਣਾ ਹੈ ਤੇ ਜੇ ਕੋਈ ਗਲਤ ਹੈ ਤਾਂ ਉਹਨੂੰ ਬੜੇ ਪਿਆਰ ਦੇ ਨਾਲ ਸਮਝਾਉਣ ਦਾ ਯਤਨ ਕਰਨਾ ਹੈ ਐਸਾ ਨਾ ਹੋਵੇ ਕਿ ਸਮਝਾਉਣ ਦੀ ਬਜਾਏ ਤੇ ਲੜਾਈ ਅਸੀਂ ਗੱਲ ਪਾ ਲਈਏ ਕਾਣੇ ਨੂੰ ਸਿੱਧਾ ਕਾਣਾ ਕਹੋਗੇ ਤੇ ਅਗਲਾ ਗੁੱਸਾ ਕਰ ਦੇਣਾ ਠੁਠਾਂਗੇ ਨਾ ਕਿ ਕਿਸੇ ਨੂੰ ਪੁੱਛੀ ਵੀ ਤੂੰ ਕਾਣਾ ਕਿਵੇਂ ਹੋਇਆ ਤਾਂ ਭੈੜਾ ਲੱਗੇਗਾ ਨਾ ਐਵੇਂ ਤੇ ਜੇ ਉਹਨੂੰ ਪੁੱਛੀ ਵੀਰ ਜਾਂ ਭੈਣ ਤੇ ਆਖ ਵਾਲਾ ਪਾਣਾ ਕਿਵੇਂ ਵਰਤਿਆ ਵੀ ਇਹ ਤਕਲੀਫ ਕਿਵੇਂ ਤੁਹਾਨੂੰ ਆਈ ਗੱਲ ਉਹ ਹੀ ਪੁੱਛ ਰਹੇ ਆ ਲੇਕਿਨ ਪਿਆਰ ਦੇ ਨਾਲ ਉਹ ਬੜੇ ਪਿਆਰ ਦੇ ਨਾਲ ਦੱਸੇਗਾ ਨਾ ਇਸ ਕਰਕੇ ਆਤਮੁਕਤ ਮੁਕਤ ਕਰੇ ਸੰਸਾਰ ਜਿਹੜਾ ਰੱਬ ਦਾ ਪਿਆਰਾ ਹੈ ਉਹ ਆਪ ਵਿਕਾਰਾਂ ਤੋਂ ਮੁਕਤ ਹੈ ਤੇ ਉਹ ਲੋਕਾਂ ਨੂੰ ਵੀ ਮੁਕਤ ਕਰਦਾ ਹੈ ਨਾਨਕ ਇਸ ਜਨ ਕੋ ਸਦਾ ਨਮਸਕਾਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਇਨਸਾਨ ਨੂੰ ਮੇਰੀ ਸਦਾ ਹੀ ਨਮਸਕਾਰ ऐसे इंसान ਦੇ ਮੈਂ ਹਮੇਸ਼ਾ ਹੀ ਨਮਸਕਾਰ ਕਰਦਾ ਪ੍ਰਣਾਮ ਕਰਨਾ ਯਾਨੀ ਉਹਦਾ ਮੈਂ ਆਦਰ ਕਰਦਾ ਹਾਂ ਉਹਦਾ ਮੈਂ ਸਤਿਕਾਰ ਕਰਦਾ ایسے انسان ਦਾ ਜਿਹੜਾ ਆਪ ਮੁਕਤ ਹੈ ਦੂਜਿਆਂ ਨੂੰ ਮੁਕਤ ਕਰਦਾ ਹੈ ਔਰ ਐਸਾ انسان ਜਿਹਦੇ ਨਾਲ ਮਿਲ ਕੇ ਰੱਬ ਦਾ ਹੁਕਮ ਚੀਤੇ ਆਉਂਦਾ ਹੈ ਜਿਹਦੇ ਕਰਕੇ ਸੰਸਾਰ ਦਾ ਪਾਰ ਪਾਰਾ ਹੁੰਦਾ ਹੈ ਉਹੀ ਤਨਵੰਤ ਹੈ ਉਹੀ ਕੁਲਵੰਤ ਹੈ ਉਹੀ ਪਤਵੰਤ ਹੈ ਜਿਹਦੇ ਹਿਰਦੇ ਦੇ ਅੰਦਰ ਪਰਮ ਪਰਮੇਸ਼ਰ ਵਸ ਜਾਂਦਾ ਹੈ ਤਾਂ ਗੁਰੂ ਸਾਹਿਬ ਜੀ ਰਹਿਮਤ ਕਰਨ ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ ਆਪ ਅਸੀਂ ਵਿਚਾਰ ਕਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸਵੱਜਿਆ ਕਰਨ ਦਾ ਯਤਨ ਕਰੀਏ